ਪਹਿਰੇਦਾਰ ਟੀਵੀ ਦੇਖ ਰਹੇ ਸਤਿਕਾਰਯੋਗ ਦਰਸ਼ਕ ਵੀਰੋ, ਭੈਣੋ ਤੇ ਪਿਆਰੇ ਬੱਚਿਓ, ਜਸਪਾਲ ਸਿੰਘ ਹੀਰਾ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰ ਹਾਂ ਤੁਹਾਡੇ ਸਨਮੁੱਖ ਅੱਜ ਦਾ ਪ੍ਰੋਗਰਾਮ ਮੁੱਦੇ ਦੀ ਗੱਲ ਲੈ ਕੇ। ਇਸ ਪ੍ਰੋਗਰਾਮ ਵਿੱਚ ਹਮੇਸ਼ਾ ਅਸੀਂ ਤੁਹਾਡੇ ਨਾਲ ਕੁਝ ਅਜਿਹੀਆਂ ਖਬਰਾਂ ਬਾਰੇ, ਕੁਝ ਅਜਿਹੀਆਂ ਸਮੱਸਿਆਵਾਂ ਬਾਰੇ, ਕੁਝ ਅਜਿਹੇ ਭੇਦਾਂ ਬਾਰੇ ਗੱਲਬਾਤ ਕਰਦੇ ਹਾਂ ਜਿਹੜੇ ਅਕਸਰ ਅਣਕਿਆਸੇ, ਅਣਛੁਪੇ, ਅਣਸੁਲਝਾਏ ਰਹਿ ਜਾਂਦੇ ਨੇ। ਸੋ ਉਹਨਾਂ ਬਾਰੇ ਅਸੀਂ ਤੁਹਾਨੂੰ ਜਿਹੜਾ ਸਾਨੂੰ ਗਿਆਨ ਆ ਉਹਦੇ ਬਾਰੇ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਪ੍ਰੋਗਰਾਮ ਵਿੱਚ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਹੁੰਦੇ ਹਨ ਉੱਘੇ ਸਿੱਖ ਚਿੰਤਕ, ਇਤਿਹਾਸ ਦੇ ਡੂੰਘੇ ਜਾਣਕਾਰ ਸਰਦਾਰ ਗੁਰਪ੍ਰੀਤ ਸਿੰਘ ਜੀ ਮੰਡਿਆਣੀ। ਮੰਡਿਆਣੀ ਸਾਹਿਬ, ਤੁਸੀਂ ਸਾਡੇ ਅੱਜ ਦੇ ਪ੍ਰੋਗਰਾਮ ਵਿੱਚ ਆਏ ਜੀ, ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਡਿਆਣੀ ਸਾਹਿਬ, ਸਾਡਾ ਸਾਰਾ ਅੱਜ ਸਭ ਤੋਂ ਪਹਿਲਾ ਸਵਾਲ ਆ ਉਹ ਇਹ ਆ, ਜਿਹੜਾ ਦਿੱਲੀ ਦੇ ਵਿੱਚ ਜਿਹੜਾ ਪ੍ਰਦੂਸ਼ਣ ਆ ਉਹ ਲੋੜ ਤੋਂ ਵੱਧ ਆ, ਉਹਦੇ ਬਾਰੇ ਕੱਲ੍ਹ ਲੋਕ ਸਭਾ ਦੇ ਪਹਿਲਾ ਜਿਹੜਾ ਸੈਸ਼ਨ ਸ਼ੁਰੂ ਹੋਇਆ ਸਰਦ ਰੁੱਤ ਦਾ, ਉਹਦੇ 'ਚ ਪਹਿਲੇ ਦਿਨ ਵੀ ਬਹੁਤ ਵੱਡਾ ਰੌਲਾ ਰੱਪਾ ਪਿਆ ਅਤੇ ਸੁਪਰੀਮ ਕੋਰਟ 'ਚ ਵੀ ਇਹ ਮੁੱਦਾ ਜਿਹੜਾ ਇਹ ਉੱਠਿਆ। ਅਤੇ ਇਹ ਗੱਲ ਆ ਜਿਹੜੀ, ਦੂਜੇ ਪਾਸੇ ਜਿਹੜਾ ਮਤਲਬ ਸੈਂਟਰਲ ਬੋਰਡ ਆ ਜਾਂ ਪੋਲਿਊਸ਼ਨ ਦਾ, ਉਹਨੇ ਇਹ ਕਿਹਾ ਵਾ ਵੀ ਜਿਵੇਂ ਕਿ ਦਿੱਲੀ ਦੀ ਸਰਕਾਰ ਇਸ ਗੱਲ ਦਾ ਦੋਸ਼ ਹੈ ਜਿਹੜਾ ਉਹ ਹਰਿਆਣੇ ਪੰਜਾਬ 'ਤੇ ਮੜ ਦਿੰਦੀ ਆ। ਉਹਨਾਂ ਨੇ ਕਿਹਾ ਵੀ ਨਹੀਂ, ਇਹ ਬਿਲਕੁਲ ਜਿਹੜਾ ਦੋਸ਼ ਆ ਇਹ ਗਲਤ ਆ। ਹਰਿਆਣੇ ਪੰਜਾਬ ਦਾ ਜਿਹੜਾ ਪਰਾਲੀ ਦਾ ਧੂੰਆਂ ਵਾ ਉਹਦਾ ਪੋਲਿਊਸ਼ਨ ਦਾ ਜੇ ਹਿੱਸਾ ਜਿੰਨਾ ਦਿੱਲੀ 'ਚ ਪੋਲਿਊਸ਼ਨ ਆ ਉਹਦਾ ਤਕਰੀਬਨ 10% ਆ, ਇਸ ਤੋਂ ਵੀ ਘੱਟ ਆ। ਸੋ ਇਹ ਜਿਹੜਾ ਸਾਰਾ ਮਾਮਲਾ ਵਾ ਪ੍ਰਦੂਸ਼ਣ ਦਾ, ਲਗਾਤਾਰ ਆਏ ਸਾਲ ਇਹ ਪ੍ਰਦੂਸ਼ਣ ਆ ਜਿਹੜਾ ਦਿੱਲੀ ਲਈ ਸਮੱਸਿਆ ਬਣਦਾ, ਪਰੰਤੂ ਨਾ ਤਾਂ ਮਤਲਬ ਪੰਜਾਬ 'ਚ, ਨਾ ਹਰਿਆਣੇ 'ਚ, ਨਾ ਦਿੱਲੀ 'ਚ ਸਰਕਾਰਾਂ ਨੇ ਜਿਹੜੀਆਂ ਉਹ ਕੋਈ ਗੰਭੀਰਤਾ ਨਾਲ ਕਦਮ। ਲਾਸਟ ਵਾਲਾ ਤੁਹਾਡਾ ਇੱਕ ਤਾਂ ਹੋ ਗਿਆ ਜੀ ਵੀ ਜਿਹੜਾ ਸੈਂਟਰਲ ਪੋਲਿਊਸ਼ਨ ਬੋਰਡ ਆ ਜੀ, ਉਹਨੇ ਇਹ ਕਹਿਤਾ ਵੀ ਪੰਜਾਬ ਹਰਿਆਣਾ ਦਾ ਕਹਿੰਦੇ ਸਿਰਫ 10% ਤੋਂ ਘੱਟ ਹਿੱਸਾ ਵਾ ਜਿੰਨਾ ਪੋਲਿਊਸ਼ਨ ਉੱਥੇ ਫੈਲ ਰਿਹਾ ਵਾ। ਹਾਂਜੀ, ਅਗਲਾ ਸਵਾਲ ਕੀ ਸੀ ਤੁਹਾਡਾ? ਅਗਲਾ ਮੇਰਾ ਇਹ ਆ ਕਿ ਇੱਕ ਤਾਂ ਦਿੱਲੀ ਦੀ ਸਮੱਸਿਆ ਤਾਂ ਆਪਾਂ ਗੱਲ ਕਰ ਹੀ ਰਹੇ ਹਾਂ ਜੀ ਕਿ ਉਹ ਦਿੱਲੀ ਦੀ ਸਮੱਸਿਆ, ਕਿਉਂਕਿ ਦੇਸ਼ ਦੀ ਰਾਜਧਾਨੀ ਹੈ, ਇਸ ਕਰਕੇ ਚੀਕ ਚਿਹਾੜਾ ਵੀ ਜ਼ਿਆਦਾ ਪੈਂਦਾ ਵਾ। ਦੂਜਾ ਇਹ ਆ ਵੀ ਜਿਹੜਾ ਸਾਡਾ ਪੰਜਾਬ ਆ ਜਾਂ ਹਰਿਆਣਾ ਵਾ ਜਾਂ ਜਿਹੜੇ ਮਤਲਬ ਜਿੱਥੇ ਗੱਲ ਕਿਸਾਨੀ ਦੀ ਕੀਤੀ ਜਾਂਦੀ ਆ, ਉੱਥੇ ਜਿਹੜੀ ਪਰਾਲੀ ਦੀ ਸਮੱਸਿਆ ਵਾ, ਉਹਦਾ ਜਿਹੜਾ ਧੂੰਏ ਦੀ ਸਮੱਸਿਆ ਵਾ, ਅਕਸਰ ਨੂੰ ਸਰਕਾਰਾਂ ਉਹਦੇ ਬਾਰੇ ਗੰਭੀਰ ਕਿਉਂ ਨਹੀਂ ਹੋ ਰਹੀਆਂ? ਚਲੋ ਆਪਾਂ ਇਹ ਸਵਾਲ 'ਤੇ ਬਾਅਦ 'ਚ ਜਵਾਬ ਦਿੰਦੇ ਹਾਂ ਜੀ। ਪਹਿਲੀ ਗੱਲ ਤਾਂ ਮੰਨ ਲਿਆ ਜੀ, ਜਿਹੜਾ ਦਿੱਲੀ 'ਚ ਪੋਲਿਊਸ਼ਨ ਆ ਜੀ, ਉਹਦੇ ਲਈ ਪੰਜਾਬ ਦਾ ਕਿਸਾਨ ਜ਼ਿੰਮੇਵਾਰ ਆ, ਹਰਿਆਣੇ ਨੂੰ ਛੱਡੋ, ਪੰਜਾਬ ਦੇ ਮੰਨ ਲੈਂਦੇ ਜੀ। ਪੰਜਾਬ ਦਾ ਕਿਸਾਨ ਜੇ ਪੋਲਿਊਸ਼ਨ ਫੈਲਾਉਂਦਾ ਤਾਂ 10-15 ਦਿਨ ਲਈ ਫੈਲਾਉਂਦਾ, ਬਾਕੀ ਦਾ ਜਿਹੜਾ ਉਹ 11.5 ਮਹੀਨੇ ਗ੍ਰੀਨ ਕਵਰ ਦੇ ਕੇ ਰੱਖਦਾ, ਜਿਹੜਾ ਆਕਸੀਜਨ ਪੈਦਾ ਕਰਦਾ ਜੀ। ਅਤੇ ਉਹਦੇ ਏਵਨ ਮੁਕਾਬਲੇ 'ਚ ਜਿਹੜਾ ਇੰਡਸਟਰੀਅਲ ਪੋਲਿਊਸ਼ਨ ਆ, ਪੋਲਿਊਸ਼ਨ ਕੀ ਮੈਂ ਤਾਂ ਉਹਦਾ ਮਲ ਮੂਤਰ ਕਹੂੰਗਾ, ਉਹ ਪੰਜਾਬ ਦੇ ਦਰਿਆਵਾਂ 'ਚ ਰੋੜਦਾ, ਪੰਜਾਬ ਦੀ ਧਰਤੀ 'ਚ ਬੋਰ ਕਰਕੇ ਵਿੱਚ ਗਰਮ ਕਰਕੇ ਪਾਉਂਦਾ, ਉਹਦੇ ਬਾਰੇ ਸਰਕਾਰ ਕੁਛ ਨਹੀਂ ਕਹਿੰਦੀ। ਪਿਛਲੇ ਸਤੰਬਰ 'ਚ ਜਿਹੜਾ ਇੱਕ ਮੋਟਰ ਸੀਵੀਆਂ ਸ਼ੂਗਰ ਜਿਹੜੀ ਚੱਡਾ ਮਿਲ ਸੀਗੀ, ਉਹ ਚੱਡਾ ਮਿਲ ਸੀਗੀ, ਉਹ ਸ਼ਰਾਬ ਫੈਕਟਰੀ ਗੰਨੇ ਤੋਂ ਗਾਹਾਂ ਸ਼ਰਾਬ ਬਣਾਉਂਦੀ ਸੀ, ਉਹਨੇ ਕਿੰਨਾ ਆਪਦਾ ਪੋਲਿਊਸ਼ਨ ਬਿਆਸ ਦਰਿਆ 'ਚ ਰੋੜਿਆ, ਉਹ ਗੱਲ ਆਈ ਗਈ ਹੋਗੀ। ਦੂਜਾ ਇੱਕ ਬਰਨਾਲੇ ਦੇ ਨੇੜੇ
ਬਹੁਤ ਵੱਡਾ ਇੰਡਸਟਰੀਅਲ ਹਾਊਸ ਲੱਗਿਆ ਹੋਇਆ 300 ਕਿੱਲਿਆਂ ਚ, ਹਾਂ ਬਾਕੀ ਤਾਂ ਖੇਤੀ ਉਹ ਕਰਦਾ, ਉੱਥੇ ਪਤਾ ਨਹੀਂ ਉਹਦਾ ਕੀ ਬਣਦਾ। ਉੱਥੇ ਜਿਹੜੀਆਂ ਨੇੜੇ ਇਹਨਾਂ ਦੀ ਡਰੇਨ ਬਦਬੂ ਫੈਲਦੀ, ਅਖਬਾਰਾਂ 'ਚ ਵੀ ਖਬਰਾਂ ਉਹਦੀਆਂ ਲੱਗੀਆਂ ਲੱਗਦੀਆਂ ਰਹਿੰਦੀਆਂ। ਅਤੇ ਸਿਦਮ ਜਰੀਫੀ ਦੇਖੋ ਵੀ ਉਹਦੇ ਪੋਲਿਊਸ਼ਨ ਨੂੰ ਰੋਕਣਾ, ਅਤੇ ਇਹਦਾ ਮੈਂ ਮਿਸਾਲ ਦਿੰਦਾ, ਹਾਂ ਠੀਕ ਠੀਕ ਹੈ, ਉਹਦੇ ਪੋਲਿਊਸ਼ਨ ਨੂੰ ਰੋਕਣਾ ਤਾਂ ਇੱਕ ਪਾਸੇ ਉਹਨੂੰ ਪੰਜਾਬ ਬੋਰਡ ਦੀ ਚੇਅਰਮੈਨ ਨੇ ਦਿੱਤੀ ਹੋਈ ਹੈ, ਬਿਲਕੁਲ ਕੋਈ ਸ਼ੱਕ ਨਹੀਂ, ਰਾਜੇ ਨੇ ਵੀ ਦਿੱਤੀ ਹੈ ਅਤੇ ਬਾਦਲ ਸਾਹਿਬ ਨੇ ਦਿੱਤੀ। ਦੇਖੋ ਇੱਕ ਜਿਹੜਾ ਪੋਲਿਊਸ਼ਨ ਫੈਲਾਉਣ ਵਾਲਾ ਸਨਅਤਕਾਰ ਆ, ਇੰਡਸਟਰੀਅਲ ਹਾਊਸ ਦਾ ਮਾਲਕ ਆ, ਉਹ ਬਕਾਇਦਾ ਜਿਹੜਾ ਸਰਕਾਰ ਦੀ ਛਤਰਛਾਇਆ ਹੇਠ ਬੈਠਾ, ਬਿਲਕੁਲ ਕੋਈ ਸ਼ੱਕ ਨਹੀਂ। ਅਤੇ ਹੁਣ ਜਿਹੜੇ ਹੋਰ ਪੋਲਿਊਸ਼ਨ ਫੈਲਾਉਣ ਵਾਲੇ ਉਹ ਉਹਨਾਂ ਨੂੰ ਕਹਿ ਦਿਓ ਤੁਸੀਂ ਮੇਰੀ ਛਤਰਛਾਇਆ 'ਚ ਆ ਜਾਓ, ਕੁੱਲ ਮਿਲਾ ਕੇ ਸਰਕਾਰੀ ਛਤਰਛਾਇਆ। ਦੇਖੋ ਵੀ ਕਿਸਾਨ ਨੂੰ ਵਾਰ ਵਾਰ ਉਹਦੇ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ, ਮੰਨ ਲੈਂਦੇ ਅਸੀਂ ਹੈਗਾ ਕਿਸਾਨ ਦੀ ਤਾਂ ਮਜਬੂਰੀ ਆ, ਇੱਕ ਜਿਹੜਾ ਪੈਸੇ ਕਮਾ ਰਿਹਾ ਅਰਬਾਂ ਖਰਬਾਂ ਦਾ ਉਹ ਮਾਲਕ ਆ, ਉਹ ਚਾਹੇ ਦਰਿਆ ਨੂੰ ਪਲੀਤ ਕਰ ਦੇਣ, ਚਾਹੇ ਕੋਈ ਧਰਤੀ ਨੂੰ ਪਲੀਤ ਕਰ ਦੇਵੇ, ਉਹਦੇ 'ਤੇ ਕੋਈ ਰੋਲ ਨਹੀਂ, ਬਲਕਿ ਉਹਨਾਂ ਨੂੰ ਸਰਕਾਰੀ ਸੁੱਖ ਸਹੂਲਤਾਂ ਦਿੱਤੀਆਂ ਜਾਂਦੀਆਂ, ਮਾਨਤਾ ਦਿੱਤੀ ਜਾਂਦੀ ਹੈ। ਅੱਛਾ, ਦੂਜੀ ਹੈਗੀ ਹੈ ਜਿਹੜੀ ਪਰਾਲੀ ਨੂੰ ਜਿਹੜਾ ਹੱਲ ਕਰਨ ਲਈ ਸਰਕਾਰਾਂ ਦਾ, ਹੁਣ ਜਦੋਂ ਤੋਂ ਸਰਕਾਰ ਨੇ ਐਲਾਨ ਕੀਤਾ ਕਿ ਅਸੀਂ 100 ਰੁਪਈਆ ਪਰ ਕੁਇੰਟਲ ਜਿੰਨਾ ਝੋਨਾ ਹੋਊਗਾ ਕਿਸਾਨ ਨੂੰ ਬੋਨਸ ਦੇਵਾਂਗੇ, ਵੀ ਉਹਦੇ ਨਾਲ ਆਪਦਾ ਪਰਾਲੀ ਦਾ ਨਾਲ ਕੋਈ 2500 ਏਕੜ ਵੀ ਚੱਲੀ ਹੈ ਚੱਲੀ ਆ। ਮੈਂ ਬਹੁਤ ਸਾਰੇ ਕਿਸਾਨਾਂ ਨਾਲ ਗੱਲ ਕੀਤੀ ਆ, ਉਹ ਕਹਿੰਦੇ ਵੀ ਜੇ 200 ਰੁਪਈਆ ਪਰ ਕੁਇੰਟਲ ਹੋ ਜੇ ਤਾਂ ਅਸੀਂ ਇਹ ਖਰਚਾ ਕਰ ਲਾਂਗੇ, ਪਰਾਲੀ ਦਾ ਇੰਤਜ਼ਾਮ ਕਰ ਲਾਂਗੇ। ਹੁਣ ਤੁਸੀਂ ਦੇਖੋ ਵੀ ਜਿਹੜਾ ਐਗਰੀਕਲਚਰ ਪ੍ਰਾਈਸ ਐਂਡ ਕੋਸਟ ਕਮਿਸ਼ਨ ਆ, ਉਹ ਜਿਹੜੀ ਉਹਦੀ ਕੋਸਟ ਮੁਕਰਰ ਕਰਦਾ ਵੀ ਇਹਦੇ 'ਤੇ ਇੰਨਾ ਖਰਚਾ ਆ ਗਿਆ, ਉਹਦੇ 'ਚ ਇਹ ਜਿਹੜਾ ਪਰਾਲੀ ਦਾ ਪ੍ਰਬੰਧ ਕਰਨਾ ਉਹਨੇ ਜੋੜਿਆ ਨਹੀਂ। ਜਦੋਂ ਤੁਸੀਂ ਕਿਸਾਨ ਨੂੰ ਮੁੱਲ ਦੇਣਾ ਉਹਦੇ 'ਚ ਤੁਸੀਂ ਜੋੜਿਆ ਨਹੀਂ, ਤੁਹਾਡੇ ਕਮਿਸ਼ਨ ਦੀ ਹੈਨ ਵੀ ਜ਼ਰਬੰਧਕ ਸੀਮਾ 'ਚ। ਅਤੇ ਜੇ ਤੁਸੀਂ ਕਿਸਾਨ ਨੂੰ ਕਹਿੰਦੇ ਹੁਣ ਇੱਕ ਤਾਂ ਜਿਹੜੀ ਉਹ ਸੰਦ ਨੇ ਇਹ ਪਰਾਲੀ ਦਾ ਇੰਤਜ਼ਾਮ ਕਰਨ ਵਾਲੇ ਬਹੁਤ ਮਹਿੰਗੇ ਮਹਿੰਗੇ ਨੇ, ਨੰਬਰ 2 'ਤੇ ਉਹਨਾਂ ਨੂੰ ਟਰੈਕਟਰ ਛੋਟਾ ਟਰੈਕਟਰ ਨਹੀਂ ਖਿੱਚਦੇ, ਵੱਡੇ ਜਿਹੜੇ 70 ਹਾਰਸ ਪਾਵਰ ਦੇ ਟਰੈਕਟਰ ਉਹ ਚਾਹੀਦੇ ਆ, ਇਹ ਦੋਨੇ ਚੀਜ਼ਾਂ ਖਰੀਦਣੀਆਂ ਇੱਕ ਮੀਡੀਅਮ ਕਿਸਾਨ ਦੇ ਵੱਸ ਦੀ ਨਹੀਂ, ਵੱਡੀ ਕਿਸਾਨੀ ਤਾਂ ਘੱਟੋ ਘੱਟ ਇੱਥੇ ਫਿਰ ਪਰਾਲੀ ਦੀ ਖਪਤ ਦਿੰਦੀ ਵੀ ਹੈ। ਹਾਂਜੀ ਖਪਤ, ਅਤੇ ਜਾਂ ਕੀ ਆ ਉਹਦੀ ਜਿਹੜੀ ਵਾਢੀ ਤੋਂ ਬਾਅਦ ਉਹਦੇ ਕੇਕਸ ਬਣਦੇ ਨੇ, ਉਹਦੀਆਂ ਮਤਲਬ ਗੱਠਾਂ ਬਣਦੀਆਂ ਨੇ, ਉਹਦਾ ਖਰੀਦ ਦਾ ਇੰਤਜ਼ਾਮ ਕਰ ਦੇਵੇ ਗੌਰਮੈਂਟ, ਜਿਹੜਾ ਉਹਨਾਂ ਦੇ ਕਰਨ ਵਾਲਾ ਕੰਮ ਉਹ ਤਾਂ ਕਰਦੇ ਨਹੀਂ, ਅਤੇ ਜਿਹੜਾ ਕਿਸਾਨ ਤਾਂ ਡੰਡਾ ਇੰਨਿਆਂ 'ਤੇ ਪਰਚੇ ਕਰਦੇ ਹੋ, ਇੰਨਿਆਂ ਦੀ ਸਬਸਿਡੀ ਬੰਦ ਕਰਦੇ ਹੋ, ਇਹਨਾਂ ਦਾ ਆਹ ਕਰਦੇ ਹੋ, ਉਹ 'ਤੇ ਜ਼ੋਰ ਲਾਈ ਜਾਂਦੇ। ਇਹ ਵੀ ਮੈਂ ਜਿਵੇਂ ਪੁਲਿਸ ਵਾਲਿਆਂ ਦਾ ਅੱਗੇ ਹੁੰਦਾ ਸੀਗਾ ਧਮਕੀ ਜਿਹੜੀ ਹੁੰਦੀ ਸੀ ਵੀ ਤੇਰੇ 'ਤੇ ਡੋਡੇ ਪਾ ਦਾਂਗੇ, ਤੇਰੇ 'ਤੇ ਫੀਸ ਪਾ ਦਾਂਗੇ, ਤੇਰੇ 'ਤੇ ਸ਼ਰਾਬ ਪਾ ਦਾਂਗੇ, ਮਤਲਬ ਹੁਣ ਇਹ ਗੱਲ ਵੀ ਸੁਣ 'ਚ ਆਈ ਆ ਵੀ ਇਹੋ ਜਿਹੇ ਕਿਸਾਨਾਂ 'ਤੇ ਪਰਚੇ ਦਰਜ ਕੀਤੇ ਜਾ ਰਹੇ ਆ ਪਰਾਲੀ ਦੇ, ਜਿਨ੍ਹਾਂ ਦੀ ਜ਼ਮੀਨ ਜ਼ਿਆਦਾ ਠੇਕੇ 'ਤੇ ਦਿੱਤੀ ਹੋਈ ਆ, ਜਾਂ ਜਿਨ੍ਹਾਂ ਨੇ ਮਤਲਬ ਆਪਦੇ ਖੇਤਾਂ ਦੇ ਵਿੱਚ ਪਰਾਲੀ ਆ ਜਿਹੜੀ ਉਹਨੂੰ ਦੂਜੇ ਤਰ੍ਹਾਂ ਜਿਵੇਂ ਮਤਲਬ ਹੈਗਾ ਕਿ ਉਹ ਸਾੜਿਆ ਨਹੀਂ, ਉਹਨਾਂ ਨੇ ਦੂਸਰੇ ਤਰ੍ਹਾਂ ਉਹਦਾ ਪ੍ਰਬੰਧ ਆ ਜਿਹੜਾ ਖਪਤ ਦਾ ਕੀਤਾ ਵਾ। ਸੋ ਇਸ ਤਰ੍ਹਾਂ ਦੇ ਕੇਸ ਨੇ ਜਿਹੜੇ ਉਹ ਵੀ ਸਾਹਮਣੇ ਆਉਣ ਲੱਗ ਪਏ ਨੇ ਕਿ ਪੁਲਿਸ ਆ ਜਿਹੜੀ ਉਹ ਧਮਕੀ ਦੇਣ ਵੀ ਤੈਨੂੰ ਪਰਾਲੀ ਸਾੜਨ ਦੇ ਵਿੱਚ ਕਿਸ ਪਾ ਦਾਂਗੇ। ਬਿਲਕੁਲ, ਉਹ ਸਗਾਲਾ ਬੜਾ ਜੀ, ਉਹਦਾ ਕੋਈ ਮੁੱਦਾ ਹੀ ਨਹੀਂ ਹੈ ਵੀ ਇਹਨੇ ਸਾੜੀ ਸੀ ਜੀ, ਪਰਾਲੀ ਸਾੜ ਕੇ ਕਣਕ ਬੀਜ ਲਈ ਹੈ ਜੀ, ਕੀ ਉਹਦਾ ਸਬੂਤ ਕਰੋਗੇ ਮੈਂ ਨਹੀਂ ਸਾੜੀ ਜੀ, ਨਾ ਉਹਨਾਂ ਕੋਲ ਕੋਈ ਸਾੜੀ ਦਾ ਸਬੂਤ ਆ, ਨਾ ਤੁਹਾਡੇ ਕੋਲ ਨਾ ਸਾੜੀ ਦਾ, ਬਸ ਜੋ ਕਾਗਜ਼ਾਂ 'ਚ ਲਿਖਤਾ ਸੋ ਲਿਖਤਾ। ਹੁਣ ਜਿਹੜੀ ਆਪਾਂ ਮੁੱਢਲੇ ਰੂਪ 'ਚ ਗੱਲ ਕਰ ਰਹੇ ਹਾਂ, ਦਿੱਲੀ ਦੇ ਪੋਲਿਊਸ਼ਨ ਆ ਉਹ ਆਪਾਂ ਗੱਲ ਕੀਤੀ ਆ ਕਿ ਜਿੱਦਾਂ ਸੈਂਟਰਲ ਬੋਰਡ ਆਇਆ ਦਾ ਪੋਲਿਊਸ਼ਨ ਦਾ, ਉਹਨੇ ਕਿਹਾ ਵੀ ਪੰਜਾਬ ਅਤੇ ਹਰਿਆਣੇ ਦਾ ਹਿੱਸਾ ਹੀ ਬਹੁਤ ਥੋੜ੍ਹਾ ਵਾ,
ਪਰ ਦਿੱਲੀ ਆ ਜਿਹੜੀ ਉਹ ਵਾਰ ਵਾਰ ਇਹ ਰੌਲਾ ਪਾ ਰਹੀ ਹੈ, ਦੇਖੋ ਜੀ ਸਾਨੂੰ ਮਾਰਤਾ ਪੰਜਾਬ ਵਾਲਿਆਂ ਨੇ, ਸਾਨੂੰ ਮਾਰਤਾ ਹਰਿਆਣੇ ਵਾਲਿਆਂ ਨੇ। ਫਿਰ ਸਾਰਾ ਕੁਝ ਸਾਹਮਣੇ ਹੋਣ ਦੇ ਬਾਵਜੂਦ ਉਸ ਮਸਲੇ ਦਾ ਜਿਹੜਾ ਕੋਈ ਹੱਲ ਆ, ਜਿਹੜਾ ਦਿੱਲੀ ਦੇ ਪੋਲਿਊਸ਼ਨ ਦਾ ਹੱਲ ਆ, ਉਹਦੇ ਬਾਰੇ ਸਰਕਾਰਾਂ ਨੇ ਜਿਹੜੀਆਂ ਉਹ ਕੋਈ ਕਦਮ ਆ, ਜਿਹੜਾ ਇੱਕ ਈਵਨ ਅਤੇ ਟਾਂਕ ਦਾ ਜਿਹੜਾ ਉਹਦੇ ਉਹਨਾਂ ਨੇ ਚਲਾਇਆ ਉੱਥੇ, ਉਸ ਤੋਂ ਇਲਾਵਾ ਤਾਂ ਹੋਰ ਕੋਈ ਹੈ ਹੀ ਨਹੀਂ, ਹੱਲ ਹੀ ਨਹੀਂ ਕੀਤਾ। ਦੇਖੋ ਜੀ, ਪੰਜਾਬ ਸਰਕਾਰ ਨੂੰ ਘੱਟੋ ਘੱਟ ਇਹ ਚਾਹੀਦਾ ਵੀ ਜਿਹੜਾ ਨਜਾਇਜ਼ ਤੋਹਮਤ ਲਾਈ ਜਾਂਦੀ ਆ ਉਹ ਤਾਂ ਪੰਜਾਬ ਨੂੰ ਬਚਾਵੇ ਨਾ। ਹੁਣ ਮੀਂਹ ਪੈ ਜਾਣਾ, ਆਹ ਦਸੰਬਰ ਦੇ ਲਾਸਟ ਹਫ਼ਤੇ ਜਾ ਕੇ ਮੀਂਹ ਪੈਂਦਾ ਜਿਹੜਾ ਸਾਰਾ ਧੂੰਆਂ ਧੋਤਾ ਜਾਣਾ, ਉਦੋਂ ਮਹੀਨਾ ਬਾਅਦ ਫਿਰ ਇਹ ਕਹਿਣ ਵੀ ਹੁਣ ਪੋਲੂਸ਼ਨ ਚੈੱਕ ਕਰੋ। ਹੁਣ ਤਾਂ ਨੀ ਪੰਜਾਬ ਨੇ ਛੱਡਿਆ, ਹੁਣ ਕਿੱਥੋਂ ਆ ਗਿਆ ਪੋਲੂਸ਼ਨ? ਤਾਂ ਉੱਥੇ ਰਹਿੰਦੇ ਰਹਿੰਦਾ, ਇੰਨੀ ਆਬਾਦੀ ਆ, ਦਰਖਤ ਕੋਈ ਹੈ ਨਹੀਂ, ਧੂੰਆਂ ਫੈਕਟਰੀਆਂ ਕੀ ਕੁਛ ਉੱਥੇ ਹੈਗਾ, ਤੇ ਹੋਰ ਉਹ ਗਾਜ਼ੀਆਬਾਦ ਫਰੀਦਾਬਾਦ ਪਤਾ ਨੀ ਕਿੱਥੇ ਤੱਕ ਇੰਡਸਟਰੀਆਂ ਨੇ, ਉਹ ਧੂੰਆਂ ਹੀ ਛੱਡਦੀਆਂ, ਪੋਲੂਸ਼ਨ ਹੀ ਛੱਡਦੀਆਂ, ਪੋਲੂਸ਼ਨ ਤਾਂ ਹੈਗਾ ਉਹਨਾਂ ਕਰਕੇ ਤੇ ਮੜਦਾ। ਤਾਂ ਮੈਂ ਕਹਿੰਦਾ ਪੰਜਾਬ ਸਰਕਾਰ ਦਾ ਫਰਜ਼ ਆ ਵੀ ਠੀਕ ਹੈ, ਹੁਣ ਤੁਸੀਂ ਕਹਿ ਤਾ ਵੀ ਪਰਾਲੀ ਕਰਕੇ ਆ, ਵੀ ਜਿੱਦਣ ਮੀਂਹ ਪੈ ਗਿਆ ਉਹ ਤੋਂ ਇੱਕ ਮਹੀਨੇ ਬਾਅਦ ਫਿਰ ਅਸੀਂ ਚੈੱਕ ਕਰਾਂਗੇ। ਬਡਿਆਣੀ ਸਾਹਿਬ, ਸਾਡਾ ਅਗਲਾ ਕੱਲ੍ਹ ਕਿਉਂਕਿ ਪਾਰਲੀਮੈਂਟ ਦਾ ਸਰਬਸੰਮਤ ਦਾ ਇਜਲਾਸ ਸ਼ੁਰੂ ਹੋਇਆ, ਉਸ ਪਹਿਲੇ ਦਿਨ ਦੇ ਵਿੱਚ ਇੱਕ ਪਾਸੇ ਤਾਂ ਜਿਹੜੀ ਭਾਜਪਾ ਸ਼ਿਵ ਸੈਨਾ ਵਾਲੇ ਨੇ ਉਹਨਾਂ ਨੇ ਜਿਹੜਾ ਉਹਨਾਂ ਦਾ ਸਾਵਰਕਰ ਆ ਉਹਨੂੰ ਭਾਰਤ ਰਤਨ ਆ ਜਿਹੜਾ ਉਹ ਦੇਣ ਦੀ ਮੰਗ ਆ ਜਿਹੜੀ ਉਹ ਲੰਬੇ ਸਮੇਂ ਤੋਂ ਕਰਦੇ ਵੀ ਆ ਰਹੇ ਆ, ਫਿਰ ਦੁਬਾਰਾ ਉਹਨੂੰ ਦੁਹਰਾਇਆ। ਅਤੇ ਮਤਲਬ ਉਹਨਾਂ ਦੀ ਬੋਲੀ ਤੋਂ ਇਹ ਲੱਗਦਾ ਵੀ ਉਹ ਬਹੁਤ ਹੀ ਦੂਰ ਨਹੀਂ ਹੈਗਾ ਕਿ ਐਲਾਨ ਨੇ ਜਿਹੜਾ ਸਾਵਰਕਰ ਨੂੰ ਭਾਰਤ ਰਤਨ ਦਾ ਜਿਹੜਾ ਅਵਾਰਡ ਦੇਣ ਦਾ ਐਲਾਨ ਆ ਉਹ ਬਹੁਤ ਹੀ ਦੂਰ ਨਹੀਂ। ਉਹਦੇ ਨਾਲ ਨਾਲ ਆ ਜਿਹੜੀ ਮੰਗ ਆ ਜਿਹੜੀ ਉਹ ਪ੍ਰਤਾਪ ਸਿੰਘ ਬਾਜਵੀ ਵੱਲੋਂ ਇੱਕ ਉੱਠੀ ਆ ਕਿ ਜਿਹੜੇ ਸਾਡੇ ਸ਼ਹੀਦ ਨੇ ਦੇਸ਼ ਦੀ ਆਜ਼ਾਦੀ ਦੇ, ਜਿਨ੍ਹਾਂ ਵਿੱਚ ਸ਼ਹੀਦ ਭਗਤ ਸਿੰਘ ਵੀ ਹੈ, ਜਿਨ੍ਹਾਂ ਵਿੱਚ ਸ਼ਹੀਦ ਊਧਮ ਸਿੰਘ ਵੀ ਹੈ, ਵੀ ਇਹਨਾਂ ਨੂੰ ਵੀ ਭਾਰਤ ਰਤਨ ਅਵਾਰਡ ਦਿੱਤਾ ਜਾਵੇ, ਤੁਹਾਨੂੰ ਕੀ ਲੱਗਦਾ ਕਿ ਇਹੋ ਜਿਹੀ ਮੰਗ ਦਾ ਕੋਈ ਅਰਥ ਹੈਗਾ, ਸਾਨੂੰ ਕਰਨੀ ਚਾਹੀਦੀ ਆ, ਜਾਂ ਇਹੋ ਜਿਹੀ ਮੰਗ ਆ ਜਿਹੜੀ ਉਹ ਸਰਕਾਰ ਪ੍ਰਵਾਨ ਕਰੂਗੀ ਕਦੇ? ਵੈਸੇ ਤਾਂ ਕੋਈ ਸਾਨੂੰ ਮੰਗ ਕਰਨ ਦੀ ਲੋੜ ਨਹੀਂ, ਇਹਨਾਂ ਨੂੰ ਭਾਰਤ ਰਤਨ ਦਿੱਤਾ ਜਾਵੇ ਜਿਹੜੇ ਆ ਪੰਜਾਬ ਦੇ ਸ਼ਹੀਦ ਨੇ, ਪਰ ਉਹਨਾਂ ਨੂੰ ਇਹ ਦੱਸਣ ਦੇ ਲਈ ਵੀ ਤੁਸੀਂ ਸਾਨੂੰ ਦੋ ਨੰਬਰ ਦੇ ਸ਼ਹਿਰੀ ਮੰਨਦੇ ਹੋ, ਉੱਥੇ ਡਿਮਾਂਡ ਕਰਨੀ ਚਾਹੀਦੀ ਵੀ ਜੇ ਉਹਨੂੰ ਦਿੰਦੇ ਫਿਰ ਇਹਨਾਂ ਨੂੰ ਕਿਉਂ ਬਾਹਰ ਰੱਖਦੇ ਹੋ? ਇਹ ਉਹਨਾਂ ਨੇ ਮੰਨਣੀ ਨਹੀਂ। ਨਹੀਂ ਹੁਣ ਦੇਖੋ ਗੱਲ ਤਾਂ ਇਹ ਹੈ ਨਾ ਵੀ ਜਦੋਂ ਆਪਾਂ ਇਹਨਾਂ ਦੋਨਾਂ ਦਾ ਮਤਲਬ ਸਾਵਰਕਰ ਅਤੇ ਇਹ ਸ਼ਹੀਦ ਭਗਤ ਸਿੰਘ ਜਾਂ ਸ਼ਹੀਦ ਊਧਮ ਸਿੰਘ ਜਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਇਹਨਾਂ ਸਾਰੇ ਗਦਰੀ ਬਾਬੇ ਜਾਂ ਸ਼ਹੀਦੀ ਦੀ ਜੰਗ 'ਚ ਸ਼ਹਾਦਤਾਂ ਪ੍ਰਾਪਤ ਕਰਨ ਵਾਲੇ ਆ, ਉਹਨਾਂ ਦਾ ਆਪਸ ਵਿੱਚ ਮੁਕਾਬਲਾ ਵੀ ਕੋਈ ਹੈ ਨਹੀਂ, ਮੁਕਾਬਲਾ ਵੀ ਹੈ ਨਹੀਂ। ਹੁਣ ਉਹ ਕਿਹੜਾ ਸ਼ਹੀਦ ਹੋਇਆ ਸੀਗਾ? ਉਹਦਾ ਨਾਂ ਸ਼ਹੀਦ ਹੋਇਆ, ਉਹ ਤਾਂ ਜੇਲ੍ਹ 'ਚ ਮਾਫ਼ੀ ਅੱਜ ਚਿੱਠੀਆਂ ਲਿਖਦਾ ਉਹ, ਅਤੇ ਇਹ ਆਹ ਜਿਹੜਾ ਲਾਲਾ ਲਾਜਪਤ ਰਾਏ ਜੀ ਇਹ ਸ਼ਹੀਦ ਸ਼ਹੀਦ ਕਾਹਦਾ? ਉਹ ਤਾਂ 17 ਦਿਨ ਜਾਂ ਲਾਠੀਆਂ ਲੱਗੀਆਂ ਜੀ, 17 ਦਿਨ ਤੋਂ ਬਾਅਦ ਉਹ ਤੁਰਿਆ ਫਿਰਦਾ ਰਿਹਾ, ਬਿਆਨ ਦਿੰਦਾ ਰਿਹਾ, ਅਤੇ ਜੇ ਉਹਦੇ ਕਰਕੇ ਮਰਿਆ ਹੁੰਦਾ ਤਾਂ ਉਹ ਹਸਪਤਾਲ 'ਚੋਂ ਨਾ ਨਿਕਲਦਾ? ਬਿਲਕੁਲ ਸ਼ੱਕ ਨਹੀਂ ਇਸ ਕੋਈ ਗੱਲ ਨਹੀਂ। ਸਰਦਾਰ ਕਪੂਰ ਸਿੰਘ ਹੋਰਾਂ ਨੇ ਸਾਥੀ ਚਾਕੀ 'ਚ ਜਿਹੜਾ ਇਹ ਚੈਪਟਰ ਲਿਖਿਆ ਉਹਨਾਂ ਨੇ ਬਕਾਇਦਾ, ਉਹ ਉਹਨਾਂ ਨੇ ਕਿਹਾ ਕਿ ਮੈਂ ਚਸ਼ਮ ਲੀਦਾ ਇਸ ਗੱਲ ਦਾ, ਅਸੀਂ ਮਤਲਬ ਕਾਲਜ ਦੇ ਸੱਥ 'ਤੇ ਖੜ੍ਹੇ ਦੇਖ ਰਹੇ ਸੀ ਕਿ ਲਾਲੇ ਨੇ ਉਹ ਛਤਰੀ ਫੜੀ ਹੋਈ ਸੀ, ਜਿਹੜੀ ਪੁਲਿਸ ਆ ਜਿਹੜੀ ਜਦੋਂ ਉਹਨੇ ਲਾਠੀ ਚਾਰਜ ਕੀਤਾ ਤਾਂ ਮਤਲਬ ਉਹ ਛਤਰੀ ਦੇ ਨਾਲ ਅੜਕ ਕੇ ਜ਼ਰੂਰ ਡਿੱਗਿਆ ਇੱਕ ਵਾਰ, ਹੋਰ ਕੋਈ ਲਾਠੀ ਚਾਰਜ ਆ ਜਿਹੜਾ ਉਹ ਨਹੀਂ ਹੋਇਆ, ਅਤੇ ਉਸ ਤੋਂ 17 ਦਿਨ ਬਾਅਦ ਆ ਜਿਹੜੀ ਉਹਦੀ ਮੌਤ ਹੋਈ ਆ। ਮਡੈਡੀ ਸਾਹਿਬ ਚਲੋ ਗੱਲ ਚੱਲੀ ਵੀ ਸਾਡਾ ਇਹ ਵਿਸ਼ੇ 'ਚ ਨਹੀਂ ਸੀ, ਪਰੰਤੂ ਜਦੋਂ ਲਾਲਾ ਲਾਜਪਤ ਰਾਏ ਦੀ ਮੌਤ ਹੋਈ ਆ, ਇਸ ਸਾਂਡਰਸ ਵਾਲਾ ਜਿਹੜਾ ਕਾਂਡ ਤੋਂ ਬਾਅਦ ਜਿਹੜਾ ਉੱਥੇ ਲਾਠੀਚਾਰਜ ਹੋਇਆ, ਉਦੋਂ ਬਾਅਦ ਉਹਦੀ ਮੌਤ ਹੋਈ ਆ, ਅਤੇ ਕਿਹਾ ਜਾਂਦਾ ਕਿ ਮੌਤ ਆ ਜਿਹੜੀ ਉਹ ਹਾਰਟ ਅਟੈਕ ਨਾਲ ਹੋਈ ਆ।
ਤੂੰ ਕੀ ਕੋਈ ਇਤਿਹਾਸ 'ਚ ਇਸ ਤਰ੍ਹਾਂ ਦੀ ਜਾਣਕਾਰੀ ਹੈ ਕਿ ਜਿਹੜਾ ਲਾਲਾ ਦੀ ਮੌਤ ਤੋਂ ਬਾਅਦ, ਲਾਲਾ ਲਾਜਪਤ ਰਾਏ ਦੀ ਮੌਤ ਤੋਂ ਬਾਅਦ ਕੋਈ ਪੋਸਟਮਾਰਟਮ ਹੋਇਆ ਸੀ ਉਹਦਾ? ਨਹੀਂ, ਇਹ ਕੋਈ ਇਤਿਹਾਸ 'ਚ ਨਹੀਂ ਆ ਰਹੀ ਜੀ। ਦੇਖੋ, ਪੋਸਟਮਾਰਟਮ ਤਾਂ ਹੁੰਦਾ ਵੀ ਉਹਦੇ ਸੱਟਾਂ ਲੱਗ ਗਈਆਂ ਅਤੇ ਹਸਪਤਾਲ 'ਚ ਜਾ ਕੇ ਮਰਦਾ, ਫਿਰ ਤਾਂ ਪੋਸਟਮਾਰਟਮ ਹੁੰਦਾ। ਹਸਪਤਾਲ ਉਹ ਗਿਆ ਨਹੀਂ ਜੀ, ਉਹ ਤੋਂ ਬਾਅਦ 17-18 ਦਿਨ ਤੁਰਿਆ ਫਿਰਦਾ ਰਿਹਾ, ਬਿਆਨਬਾਜ਼ੀ ਵੀ ਕਰਦਾ ਰਿਹਾ। ਇਹਦਾ ਮਤਲਬ ਲਾਠੀਆਂ ਦਾ ਅਤੇ ਉਹਦੇ ਹਾਰਟ ਅਟੈਕ ਦਾ ਕੋਈ ਸੰਬੰਧ ਹੀ ਨਹੀਂ ਸੀ। ਹਾਰਟ ਅਟੈਕ ਤਾਂ ਵੈਸੇ ਵੀ ਹੁੰਦੇ ਆ ਬੰਦੇ ਨੂੰ, ਮਤਲਬ ਉਹ ਧੱਕੇ ਨਾਲ ਜਿਹੜੀ ਕੁਦਰਤੀ ਮੌਤ ਮਰਿਆ, ਕੁਦਰਤੀ ਮੌਤ ਨੂੰ ਵੀ ਸ਼ਹੀਦੀ ਵਾਲੇ ਖਾਤੇ 'ਚ ਪਾਉਂਦੇ। ਹੁਣ ਜਿਹੜਾ ਆਪਣਾ ਮੇਨ ਮਕਸਦ ਸੀ, ਆਪਾਂ ਜਿਹੜਾ ਸਵਾਲ ਤੁਹਾਡੇ ਸਾਹਮਣੇ ਮੈਂ ਪੁੱਛਿਆ ਸੀ ਕਿ ਜਿਹੜਾ ਤੁਸੀਂ ਉਹਦਾ ਥੋੜ੍ਹਾ ਜਿਹਾ ਜਵਾਬ ਦਿੱਤਾ ਵੀ ਹੈ, ਮੈਂ ਚਾਹੁੰਦਾ ਕਿ ਉਹਨੂੰ ਸਾਡੇ ਦਰਸ਼ਕਾਂ ਦੇ ਨਾਲ ਹੋਰ ਵਿਸਥਾਰ ਦੇ ਵਿੱਚ ਸਾਂਝਾ ਕਰੋ ਕਿ ਜਿਹੜੇ ਸਾਡੇ ਪੰਜਾਬ ਦੇ ਖਾਸ ਕਰਕੇ ਜਿਨ੍ਹਾਂ ਦਾ ਸੰਬੰਧ ਸਿੱਖਾਂ ਦੇ ਨਾਲ ਆ, ਉਹ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਏ ਨੇ, ਉਹਨਾਂ ਦੇ ਲਈ ਇਸ ਤਰ੍ਹਾਂ ਦਾ ਭਾਰਤ ਰਤਨ ਜਾਂ ਇੱਥੋਂ ਤੱਕ ਕਿ ਹੁਣ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਜਿਹੜਾ 104ਵਾਂ ਸ਼ਹੀਦੀ ਦਿਹਾੜਾ ਲੰਘ ਕੇ ਗਿਆ, ਆਪਾਂ ਉਸ ਬਾਰੇ ਵੀ ਗੱਲ ਕੀਤੀ ਆ, ਵੀ ਅੱਜ ਤੱਕ ਸਰਕਾਰ ਨੇ ਇਹਨਾਂ ਨੂੰ ਤਾਂ ਸ਼ਹੀਦ ਦਾ ਦਰਜਾ ਨਹੀਂ ਦਿੱਤਾ। ਭਾਰਤ ਰਤਨ ਵਾਲੀ ਗੱਲ ਆ ਜਿਹੜੀ ਉਹ ਬਹੁਤ ਦੂਰ ਆ। ਹਾਂਜੀ, ਸੋ ਹੁਣ ਸਾਡੀ ਲੜਾਈ ਆ ਜਿਹੜੀ ਉਹ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਹੋਊਗੀ ਕਿ ਸਾਡੀ ਲੜਾਈ ਆ ਜਿਹੜੀ ਉਹਨਾਂ ਨੂੰ ਭਾਰਤ ਰਤਨ ਦਾ ਅਵਾਰਡ ਦਿਵਾਉਣ ਲਈ ਹੋਊਗੀ? ਦੇਖੋ, ਗੱਲ ਤਾਂ ਜਿਹੜਾ ਸ਼ਹੀਦ ਦਾ ਦਰਜਾ ਵੱਡੀ ਗੱਲ ਆ, ਭਾਰਤ ਰਤਨ ਤਾਂ ਉਹਨੂੰ ਮੰਨਣ ਨਾ ਮੰਨਣ ਜੀ। ਹੁਣ ਤੁਸੀਂ ਦੱਸੋ ਵੀ ਆ ਲਾਲੇ ਨੂੰ ਪੰਜਾਬ ਕੇਸਰੀ ਦਾ ਆਪਦੇ ਕੋਲੋਂ ਹੀ ਦੇਤਾ ਖਿਤਾਬ, ਹਾਲਾਂਕਿ ਇਹ ਕਿਹੜਾ ਅਫੀਸ਼ੀਅਲ ਆ, ਕਹਿਣ ਲੱਗ ਗਏ ਤੇ ਉਹਨੂੰ ਸਾਰੇ ਪੰਜਾਬ ਕੇਸਰੀ, ਹੁਣ ਸਰਕਾਰ ਵੀ ਕਾਰਡਾਂ 'ਚ ਪੰਜਾਬ ਕੇਸਰੀ ਲਿਖਣ ਲੱਗ ਲਿਖਣ ਲੱਗ ਗਏ। ਅਤੇ ਇਹਨਾਂ 'ਚ ਬੇਸਿਕ ਫਰਕ ਕਦਰੀ ਬਾਬਿਆਂ ਜਿਹੜਾ ਆਪਣੇ ਕਰਤਾਰ ਸਿੰਘ ਸਰਾਭਾ, ਉਹ ਵੀ ਗਦਰੀਆਂ 'ਚੋਂ ਹੀ ਸੀ, ਪਰ ਉਹਨਾਂ 'ਚ ਫਰਕ ਸੀ, ਉਹਨਾਂ ਨੇ ਕਦੇ ਭਾਰਤ ਮਾਤਾ ਦਾ ਨਾਰਾ ਨਹੀਂ ਲਾਇਆ, ਯੂਨਾਈਟਿਡ ਸਟੇਟਸ ਆਫ ਇੰਡੀਆ ਕਹਿੰਦੇ ਸੀ। ਇੱਥੇ ਫਰਕ ਆ, ਜਿਹੜੇ ਇਹ ਜਿਹੜੀ ਭਾਰਤ ਮਾਤਾ ਵਾਲੇ ਆ ਉਹਨਾਂ ਨੂੰ ਸ਼ਹੀਦ ਮੰਨਣ ਲਈ ਤਿਆਰ ਨੇ। ਠੀਕ ਹੈ, ਸੋ ਅੱਜ ਦੀ ਤਰੀਕ ਦੇ ਵਿੱਚ ਵੀ ਹੁਣ ਅਸੀਂ ਜਿਹੜਾ ਭਗਤ ਸਿੰਘ ਦਾ ਫਰਕ ਸੀ, ਉਹ ਭਾਰਤ ਮਾਤਾ ਮੰਨਦਾ ਸੀ। ਠੀਕ ਹੈ, ਇਹ ਜਿਹੜੀ ਆ ਮਤਲਬ ਬਵੇਦਰ ਲਹਿਰ ਆ, ਉਹ ਤੋਂ ਬਾਅਦ ਬੱਬਰ ਅਕਾਲੀ ਲਹਿਰ ਆ, ਅਤੇ ਉਹ ਤੋਂ ਬਾਅਦ ਭਗਤ ਸਿੰਘ ਗੁਰਾਲੀ ਲਹਿਰ ਆ, ਇਹਨਾਂ ਦੀ ਵੀ ਵਿਚਾਰਧਾਰਕ ਮਤਲਬ ਵੱਖਰੀ ਵਾ। ਹਾਂਜੀ, ਉਹ ਜਿਹੜੀ ਲਹਿਰ ਆ ਉਹ ਕੁਛ ਹੋਰ ਸਿਧਾਂਤ 'ਤੇ ਜਿਹੜੀ ਜੰਗ ਲੜੀ ਆ, ਭਗਤ ਸਿੰਘ ਗੁਰਾਂ ਦੀ ਜਿਹੜੀ ਲਹਿਰ ਆ ਉਹਨਾਂ ਦੀ ਸੋਚ ਆ ਜਿਹੜੀ ਆ ਉਹਨਾਂ ਦਾ ਕੰਮ ਕਰਨ ਦਾ ਢੰਗ ਤਰੀਕਾ ਸੀ ਉਹ ਹੋਰ ਸੀਗਾ। ਸੋ ਮੜਿਆਲੀ ਸਾਹਿਬ ਜਿਹੜੀ ਗੱਲ ਮੈਂ ਕੀਤੀ ਆ ਕਿ ਅਸੀਂ ਗੱਲ ਤਾਂ ਕਰਦੇ ਹਾਂ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਉਹਨਾਂ ਨੂੰ ਮਤਲਬ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਜਾਵੇ, ਭਾਰਤ ਰਤਨ ਦੀ ਅਸੀਂ ਗੱਲ ਕਰਦੇ ਹਾਂ ਸ਼ਹੀਦ ਭਗਤ ਸਿੰਘ ਨੂੰ, ਸ਼ਹੀਦ ਊਧਮ ਸਿੰਘ ਨੂੰ, ਪਰੰਤੂ ਅੱਜ ਵੀ ਹੁਣ ਜੇ ਤੁਸੀਂ ਸ਼ਹੀਦ ਸਰਾਭੇ ਦਾ ਇਤਿਹਾਸ ਭੁੱਲੋਗੇ ਅਤੇ ਉਹਨਾਂ 'ਤੇ ਜਿਹੜਾ ਉਹ ਆਪਣਾ ਡਾਕੇ ਦਾ ਕੇਸ ਆ, ਸਾਹਨੇਵਾਲ ਡਾਕੇ ਵਾਲਾ ਕੇਸ ਆ, ਉਹ ਅੱਜ ਵੀ ਹੈ ਜਿਹੜਾ ਉਹ ਸਟੈਂਡ ਕਰਦਾ ਵਾ। ਮਤਲਬ ਇਹ ਅਸੀਂ ਜਾਂ ਸਮੇਂ ਦੀਆਂ ਸਰਕਾਰਾਂ ਨੇ ਜਿਨ੍ਹਾਂ ਨੇ ਦੇਸ਼ ਲਈ ਆਜ਼ਾਦੀ ਦਿੱਤੀ ਆ, ਉਹਨਾਂ ਦੇ ਸ਼ਹੀਦੀ ਦਿਹਾੜੇ ਵੀ ਮਨਾਉਂਦੀਆਂ ਨੇ, ਇਹ ਅਜੇ ਤੱਕ ਵੀ ਉਹਨਾਂ 'ਤੇ ਜਿਹੜੇ ਇਸ ਤਰ੍ਹਾਂ ਦੇ ਕੇਸ ਖੜ੍ਹੇ ਨੇ, ਉਹ ਉਹਨਾਂ ਦੇ ਪਿੱਛੇ ਕੀ ਕਾਰਨ ਆ? ਮੈਂ ਤੁਹਾਨੂੰ ਦੱਸਦਾ, ਬੇਸਿਕ ਕਾਰਨ ਇਹੀ ਆ ਜੀ ਵੀ ਉਹ ਭਾਰਤ ਮਾਤਾ ਦਾ ਨਾਂ ਨਹੀਂ ਲਿਆ ਉਹਨਾਂ ਨੇ ਜੀ, ਯੂਨਾਈਟਿਡ ਸਟੇਟਸ ਆਫ ਇੰਡੀਆ ਦਾ ਨਾਂ ਲਿਆ ਜੀ, ਇਹੀ ਫਰਕ ਆ। ਠੀਕ ਹੈ, ਜੇ ਉਹ ਕਦੇ ਭਾਰਤ ਮਾਤਾ ਪਿੱਛੇ ਹੋਏ ਹੁੰਦੇ ਤਾਂ ਉਹਨਾਂ ਨੂੰ ਵੀ ਸਾਰਾ ਕਿਤਾਬ ਮਿਲ ਜਾਣੀ ਸੀ ਸਾਰੇ। ਠੀਕ ਹੈ, ਇੱਕ ਕੱਲ੍ਹ ਸਾਡੇ ਸਾਹਮਣੇ ਖਬਰ ਆਈ ਸੀ ਕਿ ਜਿਹੜੀ ਭਾਰਤ ਸਰਕਾਰ ਆ, ਮੋਦੀ ਸਰਕਾਰ ਆ, ਇਹ ਅਗਲੇ ਮਹੀਨੇ ਚੀਫ ਆਫ ਜਿਹੜਾ ਡਿਫੈਂਸ ਸਟਾਫ ਆ ਉਹਦਾ ਇੱਕ ਅਹੁਦਾ ਖੜਾ ਕਰਨਾ ਚਾਹੁੰਦੀ ਆ, ਵੀ ਜਿਹੜੇ 3 ਫੌਜਾਂ ਦੇ ਮੁਖੀ ਆ ਉਹਨਾਂ 'ਚੋਂ ਇੱਕ ਮੁਖੀ ਹੋਊਗਾ, ਉਹਨੂੰ ਚੀਫ ਆਫ ਡਿਫੈਂਸ ਸਟਾਫ ਕਿਹਾ ਜਾਊਗਾ।
ਇਹਦੀ ਤੁਸੀਂ ਸਮਝੋ ਕਿ ਲੋੜ ਹੈਗੀ ਆ, ਜੇ ਮਤਲਬ ਇਹ ਹੁਣ ਉਹਦਾ ਖੜਾ ਕੀਤਾ ਜਾਂਦਾ ਤੇ ਇਹਦੇ ਪਿੱਛੇ ਤੁਸੀਂ ਮਤਲਬ ਇਸ ਹਿੰਦੂ ਧਰਮੀ ਸਰਕਾਰ ਦੀ ਮਨਸ਼ਾ ਕੀ ਦੇਖ ਰਹੇ ਹੋ? ਦੇਖੋ, ਇਹ ਜਿਹੜੀ ਹੈਗਾ ਚੀਫ ਆਫ ਡਿਫੈਂਸ ਸਟਾਫ, ਅਤੇ ਇਹ ਮੇਰੇ ਖਿਆਲ 'ਚ ਪਹਿਲਾਂ ਵੀ ਸ਼ਾਇਦ ਰਿਹਾ, ਮਾਨਕ ਸ਼ਾਹ ਨੂੰ ਦਿੱਤਾ ਸੀ ਇਹਨਾਂ ਨੇ, ਨਹੀਂ ਉਹ ਫੀਲਡ ਮਾਰਸ਼ਲ ਰਿਹਾ, ਅਤੇ ਇਹ ਹੈ ਵੀ ਤਿੰਨਾਂ 'ਚੋਂ ਉਹ ਟਰਨ ਵਾਈਜ਼ ਇੱਕ ਜਣੇ ਨੂੰ ਜਾਂ ਚੁਣ ਕੇ ਬਣਾ ਦਿਆ ਵੀ ਤੂੰ ਤਿੰਨਾਂ ਦਾ ਚੀਫ ਹਾਂ, ਉਹ ਇੱਕ ਰਸਮੀ ਹੁੰਦੀ ਹੈ ਗੱਲ, ਅਤੇ ਬਾਕੀ ਆਪੋ ਆਪਣੇ ਜਿਹੜੇ ਹੁੰਦੇ ਆ ਵਿੰਗ ਉਹਨਾਂ ਦਾ ਇਹ ਚੀਫ ਹੁੰਦਾ, ਅਤੇ ਇਹ ਬਣਾ ਦੇਣ ਉਹਨੂੰ ਸ਼ਾਇਦ ਕਿਸੇ ਮਤਲਬ ਖਾਸ ਮਕਸਦ ਲਈ ਉਹਨੂੰ ਅੰਡਰ ਵੀ ਕਰ ਦੇਣ, ਉਹ ਹੁਣ ਇਹਨਾਂ ਦੇ ਗੁੱਝੇ ਭੇਦ ਹੋਣੇ ਆ, ਉਹ ਕਈ ਵਾਰੀ ਬਾਅਦ 'ਚ ਜਾ ਕੇ ਪਤਾ ਲੱਗਦੇ, ਇਸ ਵੇਲੇ ਮਤਲਬ ਮੈਂ ਕੁਛ ਕਹਿ ਨਹੀਂ ਸਕਦਾ ਵੀ ਇਹਦਾ ਕੀ ਮਤਲਬ ਆ। ਕਿਤੇ ਕਿਤੇ ਜਿਹੜਾ ਮੈਂ ਅਹਿਸਾਸ ਕਰਦਾ ਵਾਂ ਕਿ ਜਿਹੜਾ ਮਤਲਬ ਪਾਕਿਸਤਾਨ ਨਾਲ ਦਿਨੋ ਦਿਨ ਸੰਬੰਧ ਨੇ ਜਿਹੜੇ ਕੜੱਤਣ ਵਾਲੇ ਹੁੰਦੇ ਜਾ ਰਹੇ ਨੇ, ਜਿਹਦਾ ਅੰਤ ਤੱਕ ਕਿਤੇ ਨਾ ਕਿਤੇ ਜਾ ਕੇ ਇਹ ਵੀ ਹੋ ਸਕਦਾ ਕਿ ਜੰਗ ਦੇ ਰੂਪ 'ਚ ਹੋਵੇ, ਫੌਜਾਂ ਨੇ ਜਿਹੜੀਆਂ ਉਹਨਾਂ ਦੀ ਕਮਾਂਡ ਆ ਜਿਹੜੀ ਉਹ ਮਤਲਬ ਇਹ ਅਜਿਹੇ ਹੱਥ 'ਚ ਦੇਣਾ ਚਾਹੁੰਦੇ ਆ ਵੀ ਜਿਹੜਾ ਸਿਰਫ ਅਤੇ ਸਿਰਫ ਇਹਨਾਂ ਦੀ ਕੱਠਪੁਤਲੀ ਹੋਵੇ, ਅੱਗੋਂ ਇਹਨਾਂ ਨੂੰ ਜੋ ਕੁਝ ਵੀ ਇਹ ਚਾਹੁਣ ਵੀ ਅਸੀਂ ਆਹ ਕਰਨਾ, ਅਸੀਂ ਉਹ ਕਰਨਾ, ਅਸੀਂ ਉਹ ਕਰਨਾ, ਕਿਤੇ ਨਾ ਕਿਤੇ ਭਾਵੇਂ ਹੁਣ ਵੀ ਉਵੇਂ ਹੋ ਰਿਹਾ ਕਿ ਫੌਜ ਨੇ ਕਿਤੇ ਜਵਾਬ ਨਹੀਂ ਦਿੱਤਾ, ਕਿਤੇ ਨਾ ਕਿਤੇ ਇਹ ਨਾ ਹੋਵੇ ਕਿ ਫੌਜ ਉਸ ਗੱਲ ਤੋਂ ਜਵਾਬ ਦੇ ਵੀ ਇਹ ਗੱਲ ਜਾਇਜ਼ ਨਹੀਂ ਹੈ, ਅਸੀਂ ਇਹ ਨਹੀਂ ਕਰਨੀ। ਇਸ ਕਰਕੇ ਜਿਹੜਾ ਇਹ ਚੀਫ ਆਫ ਡਿਫੈਂਸ ਸਟਾਫ ਦਾ ਜਿਹੜਾ ਅਹੁਦਾ ਵਾ ਉਹ ਖੜਾ ਕੀਤਾ ਜਾ ਰਿਹਾ। ਮੈਂ ਤਾਂ ਉਹੀ ਦੱਸਿਆ ਵੀ ਹੋ ਸਕਦਾ ਵੀ ਇਹਨਾਂ ਦਾ ਜੋ ਕੀ ਗੁਪਤ ਏਜੰਡਾ ਹੋਵੇ ਉਹ ਕੱਲ੍ਹ ਨੂੰ ਜਾ ਕੇ ਜਾ ਰਹੋ, ਅੱਜ ਉਹਦੇ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ, ਪਰ ਜਿਹੜੀ ਗੱਲ ਇਹ ਹੈਗੀ ਆ ਵੀ ਇਹਨਾਂ ਨੂੰ ਕੋਈ ਜਵਾਬ ਦੇ ਜੂ, ਜਵਾਬ ਤਾਂ ਪਹਿਲਾਂ ਭਲੇ ਵਕਤਾਂ 'ਚ ਨਹੀਂ ਸੀਗਾ ਦਿੱਤਾ, ਹੁਣ ਤਾਂ ਕਹੀ ਦਿੱਤਾ ਵੀ ਇਹ ਜਿਹੜੀ ਮੋਦੀ ਦੀ ਸੈਨਾ, ਹੁਣ ਮੋਦੀ ਦੀ ਸੈਨਾ ਨੇ ਤਾਂ ਮੋਦੀ ਨੂੰ ਕੀ ਜਵਾਬ ਦੇਣਾ, ਅਤੇ ਇਹੋ ਜਿਹਾ ਮੈਨੂੰ ਲੱਗਦਾ ਵੀ ਕੋਈ ਇਸ ਡਰ ਤੋਂ ਕੀਤਾ ਜਾ ਰਿਹਾ, ਹੋ ਸਕਦਾ ਹੋਰ ਵਿਚਲੀ ਗੱਲ ਕੁਛ ਹੋਵੇ ਕਹਿ ਨਹੀਂ ਸਕਦੇ। ਠੀਕ ਹੈ, ਮੜਿਆੜੀ ਸਾਹਿਬ ਇੱਕ ਬੜਾ ਉਹ ਵੀ ਸਵਾਲ ਆ ਜਿਹੜਾ ਉਹ ਵਿਵਾਦਾਂ 'ਚ ਆਇਆ ਹੋਇਆ ਵਾ, ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ ਕਿ ਇਹ ਜਿਹੜੇ 550 ਸਾਲਾ ਗੁਰਪੁਰਬ ਮਨਾਇਆ ਗਿਆ, ਪ੍ਰਕਾਸ਼ ਪੁਰਬ ਮਨਾਇਆ ਗਿਆ ਗੁਰੂ ਨਾਨਕ ਪਾਤਸ਼ਾਹ ਦਾ, ਉਹ ਬਾਬਾ ਸੁਖਦੇਵ ਸਿੰਘ ਆ ਜਿਹੜਾ ਭੁੱਚੋ ਮੰਡੀ ਵਾਲਾ, ਉਹਨੇ ਇੱਕ ਸੋਨੇ ਦਾ ਸਿਤਾਰਾ ਜਿਹੜਾ ਉਹ ਸੁਲਤਾਨਪੁਰ ਲੋਧੀ ਚੜ੍ਹਾਇਆ ਸੀ, ਪਰ ਉਸ 'ਤੇ ਉਹ ਸਿਤਾਰਾ ਜਿਹੜਾ ਉਹਦੇ ਬਾਰੇ ਰੌਲਾ ਪਾਇਆ ਜਾਂਦਾ ਕਿ ਸ਼੍ਰੋਮਣੀ ਕਮੇਟੀ ਨੇ ਉਹਨੂੰ ਗਾਇਬ ਕਰਤਾ, ਕੋਈ ਕਹੀ ਜਾਂਦਾ ਚੋਰੀ ਕਰ ਲਿਆ, ਕੋਈ ਕਹੀ ਜਾਂਦਾ ਕੀ ਹੋ ਗਿਆ, ਕੋਈ ਕੀ ਕਹੀ ਜਾਂਦਾ, ਪਰ ਸ਼੍ਰੋਮਣੀ ਕਮੇਟੀ ਨੇ ਅੱਜ ਉਹਦੇ ਬਾਰੇ ਸਪਸ਼ਟੀਕਰਨ ਜਿਹੜਾ ਉਹ ਦਿੱਤਾ ਵਾ ਕਿ ਉਹ ਆ ਜਿਹੜਾ ਇੰਨੇ ਨੰਬਰ ਰਸੀਦ ਰਾਹੀਂ ਉਹ ਜਮ੍ਹਾਂ ਹੋ ਗਿਆ। ਸੋ ਹੁਣ ਜਿਹੜਾ ਛਤਰ ਚੜ੍ਹਾਇਆ ਗਿਆ ਸੀ ਉਹਨੂੰ ਮਤਲਬ ਲਾ ਕੇ ਜਮ੍ਹਾਂ ਕਰਤਾ, ਰਸੀਦ ਰਾਹੀਂ ਜਮ੍ਹਾਂ ਕਰਤਾ, ਉਹਦੇ ਪਿੱਛੇ ਜਿਹੜੀ ਗੱਲ ਸਾਹਮਣੇ ਉੱਭਰ ਕੇ ਆਈ ਆ ਕਿ ਬਾਬਾ ਸੁਖਦੇਵ ਸਿੰਘ ਭੁੱਚੋ ਵਾਲਾ, ਆਪਾਂ ਜਾਣਦੇ ਹਾਂ ਕਿ ਭੁੱਚੋ ਆ ਜਿਹੜਾ ਉੱਥੇ ਜੇ ਜਾਤ ਪਾਤ ਵਾਲਾ ਜਿਹੜਾ ਉਹ ਵੀ ਲਕੀਰ ਆ ਜਿਹੜੀ ਉਹ ਚੱਲਦੀ ਆ। ਸੋ ਉਹਦੇ 'ਤੇ ਜਿਹੜਾ ਮੂਲ ਮੰਤਰ ਉਕਰਿਆ ਗਿਆ ਸੀ ਉਹ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭੈ ਨਿਰਭੈ ਅਕਾਲ ਮੂਰਤਿ ਜੁਨੀ ਸੇਵਾ ਗੁਰਪ੍ਰਸ਼ਾਦ ਜਪ ਆਦ ਸੱਚ ਜਗਾਦ ਸੱਚ ਹੈਪੀ ਸੱਚ ਨਾਨਕ ਹੋਸਤੀ ਪੀ ਸੱਚ ਤੱਕ, ਜਿਹੜਾ ਸੁਲਤਾਨਪੁਰ ਲੋਧੀ ਵੇਲੇ ਜਿਹੜਾ ਉੱਥੇ ਜਿਹੜਾ ਸਾਧ ਲਾਣਾ ਵਾ ਉਹਨਾਂ ਨੇ ਉੱਥੇ ਵੀ ਇਹਦਾ ਮੂਲ ਮੰਤਰ ਵੀ ਕੀਤਾ ਸੀਗਾ। ਹਾਲਾਂਕਿ ਜਿਹੜਾ ਮੂਲ ਮੰਤਰ ਆ ਉਹ ਮਤਲਬ ਜਿਹੜੀ ਅਕਾਲ ਤਖ਼ਤ ਦੀ ਰਹਿਤ ਮਰਿਆਦਾ ਵਾ ਉਹਦੇ ਮੁਤਾਬਕ ਇਹ ਜਿਹੜਾ ਇਹ ਲੰਬਾ ਮੂਲ ਮੰਤਰ ਨਹੀਂ ਹੈਗਾ। ਸੋ ਉਸ ਉਹ ਮੂਲ ਮੰਤਰ ਆ ਜਿਹੜਾ ਇਹ ਲੰਬਾ ਮੂਲ ਮੰਤਰ ਜਿਹੜਾ ਉਕਰਿਆ ਗਿਆ ਸੀ
ਉਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਨੂੰ ਇਹ ਲੱਗਿਆ ਵੀ ਇਹ ਕਿਤੇ ਨਾ ਕਿਤੇ ਵਿਵਾਦ ਆ ਜਿਹੜਾ ਉਹ ਨਾ ਖੜਾ ਹੋ ਜਾਵੇ। ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਸਾਹ ਦਲਾਉਣਾ ਵਾ ਇਹ ਜਿਹੜਾ ਹੁਣ ਇੱਕ ਨਵਾਂ ਇਹ ਜਿਹੜਾ ਮੂਲ ਮੰਤਰ 'ਤੇ ਵਿਵਾਦ ਖੜਾ ਕਰ ਰਿਹਾ ਇਹਦੇ ਪਿੱਛੇ ਕੀ ਹੋ ਸੰਭਵ ਆ? ਇਹਦੇ ਨਾਲ ਦੀਆਂ ਨਾ ਖਬਰਾਂ ਵੀ ਆਈਆਂ ਸੀ 10 ਦਿਨ ਪਹਿਲਾਂ ਜੀ, ਵੀ 550 ਸਾਲਾਂ ਦਾ ਬਹਾਨਾ ਬਣਾ ਕੇ ਜੀ, ਵੀ ਜਿਵੇਂ ਹੁੰਦਾ ਨਾ ਵੀ ਰਾਜੇ ਤੋਂ ਮੰਗਦੇ ਆ ਵੀ ਸਾਡੇ ਨੂੰ ਜੀ ਆਹ ਤੋਹਫਾ ਦੇ ਦਿਓ ਜੀ, ਅਤੇ ਵੀ ਉਹ ਬਾਦਲ ਤੋਂ ਇਹ ਮੰਗਣਗੇ ਵੀ ਇੱਥੇ ਸਾਨੂੰ ਜਿਹੜਾ ਮੂਲ ਮੰਤਰ ਆ ਉਹਨੂੰ ਵੱਡਾ ਕਰਦੇ, ਅਤੇ ਪਤਾ ਨਹੀਂ ਹੁਣ ਕਿਸ ਕਾਰਨ ਜਾਂ ਹੋ ਸਕਦਾ ਵੀ ਅਕਾਲ ਤਖ਼ਤ ਦਾ ਜਾਇਦਾਰ ਸਾਹਿਬ ਨਾਲ ਮੰਨੇ ਹੁਣ ਥੋੜ੍ਹੇ ਜਿਹੇ ਉਹਨਾਂ ਦੇ ਅੱਜ ਕੱਲ੍ਹ ਜਿਹੜੇ ਤੇਵਰ ਆ ਉਹ ਬਾਦਲਾਂ ਨਾਲ ਰਲਦੇ ਨਹੀਂ, ਅਤੇ ਤਾਂ ਕਰਕੇ ਉਹਨੂੰ ਫਿਲਹਾਲ ਠੰਡੇ ਵਾਸਤੇ 'ਚ ਪਾਤਾ ਹੋਵੇ ਜੀ, ਅਤੇ ਪਰ ਜਿਵੇਂ ਪਹਿਲਾਂ ਸਾਧ ਲਾਣੇ ਨੇ ਕਿਹਾ ਸੀ ਵੀ ਬਾਦਲ ਸਾਹਿਬ ਆ ਜਿਹੜੇ ਨਾਨਕਸ਼ਾਹੀ ਕੈਲੰਡਰ ਆ ਜੀ ਇਹ ਬਦਲੋ, ਇਹ ਤਾਂ ਪਹਿਲੇ ਵਾਲੀ ਥਾਂ 'ਤੇ ਲਿਓ, ਤਾਂ ਉਹ ਜਿਹੜੀ ਐਗਜ਼ੈਕਟਿਵ ਆ ਉੱਥੇ ਜਦੋਂ ਮਤਾ ਆਇਆ ਜੀ ਤਾਂ ਜਿਹੜੇ ਬਹੁਤ ਗਿਣਤੀ ਐਗਜ਼ੈਕਟਿਵ ਮੈਂਬਰ ਸੀ ਉਹਨਾਂ ਨੇ ਮੱਕੜ ਸਾਹਿਬ ਨੂੰ ਕਿਹਾ ਵੀ ਮੱਕੜ ਸਾਹਿਬ ਇਹ ਠੀਕ ਨਹੀਂ ਹੈ ਜਿਹੜੀ ਗੱਲ ਤੁਸੀਂ ਕਰਦੇ ਹੋ, ਤਾਂ ਮੱਕੜ ਸਾਹਿਬ ਦਾ ਜਵਾਬ ਸੀ ਵੀ ਹੁਕਮ ਵੱਡੇ ਘਰੋਂ ਆਇਆ, ਹੁਣ ਵੱਡੇ ਘਰੋਂ ਆਇਆ ਕੋਈ ਮੈਂਬਰ ਉਹਨੂੰ ਨਾ ਨਹੀਂ ਕਰ ਸਕਦਾ ਵੀ ਅਸੀਂ ਨਹੀਂ ਮੰਨਦੇ ਵੱਡੇ ਘਰ ਦਾ, ਤਾਂ ਮੈਂਬਰਾਂ ਨੇ ਇਹ ਕਿਹਾ ਵੀ ਸਾਨੂੰ ਕੀ ਪਤਾ ਵੱਡੇ ਘਰ ਤੋਂ ਆਇਆ ਕਿ ਤੁਸੀਂ ਵੱਡੇ ਘਰ ਦਾ ਨਾਂ ਵਰਤੀ ਜਾਂਦੇ ਹੋ ਜੀ, ਤਾਂ ਉਹਨਾਂ ਨੇ ਜੀ ਭੜਕ ਤੱਕ ਜਿਹੜੀ ਮੀਟਿੰਗ ਹੈ ਉਹ ਪੋਸਟਪੋਨ ਕਰਤੀ ਜੀ, ਭੜਕੇ ਆ ਕੇ ਇਹ ਚੀਮਾ ਸਾਹਿਬ ਦਲਜੀਤ ਸਿੰਘ ਚੀਮਾ ਜੀ ਇਹ ਆ ਕੇ ਬਹਿ ਗਏ ਉੱਥੇ ਮੀਟਿੰਗ ਦੇ ਵਿੱਚ ਜੀ, ਵੀ ਵੱਡਾ ਘਰ ਬੈਠਾ ਸਰਕਟ ਹਾਊਸ 'ਚ, ਵੱਡੇ ਘਰ ਦਾ ਹੁਕਮ ਮੈਂ ਲੈ ਕੇ ਆਇਆ ਵੀ ਵੱਡੇ ਘਰ ਦਾ ਹੁਕਮ ਇਹਨੂੰ ਪਾਸ ਕਰੋ, ਅਤੇ ਜੇ ਕਿਸੇ ਨੂੰ ਸ਼ੱਕ ਆ ਤਾਂ ਮੈਂ ਫੋਨ 'ਤੇ ਗੱਲ ਕਰਾ ਦਿੰਦਾ, ਜੇ ਫਿਰ ਵੀ ਸ਼ੱਕ ਆ ਤਾਂ ਮੈਂ ਮੂੰਹ 'ਤੇ ਲੈ ਜਾਂਦਾ ਇਹਨੂੰ ਅਜੇ ਹੀ ਪਾਸ ਕਰਨਾ, ਤਾਂ ਕਰਨੈਲ ਸਿੰਘ ਪੰਜੋਲੀ ਅਤੇ ਸੁਖਵੀਰ ਸਿੰਘ ਸੁਖਦੇਵ ਸਿੰਘ ਭੌਰ ਦੋਵਾਂ ਨੂੰ ਛੱਡ ਕੇ ਬਾਕੀਆਂ ਨੇ ਸਾਰਿਆਂ ਨੇ ਇਹ ਹੱਥ ਖੜੇ ਕਰਤੇ ਅਤੇ ਉਹ ਪਾਸ ਕਰਤਾ, ਨਾਨਕਸ਼ਾਹੀ ਕੈਲੰਡਰ ਆ ਜਿਹੜਾ ਉਹਦਾ ਭੋਗ ਪਾਤਾ ਜੀ। ਤਾਂ ਇੱਕ ਹੁਣ ਜਿਹੜੀ ਮੈਂ ਇਹ ਗੱਲ ਕਿਉਂ ਦੱਸਣ ਦੀ ਲੋੜ ਪਈ ਜੀ, ਪੱਤਰਕਾਰਾਂ ਨੇ ਬਾਦਲ ਸਾਹਿਬ ਨੂੰ ਪੁੱਛ ਇਹ ਗੱਲ ਛੱਪ ਗਈ ਅਖਬਾਰ ਦੇ ਵਿੱਚ ਆ ਗਈ ਕਿ ਵੱਡਾ ਘਰ ਦਾ ਮੀਨ ਮਤਲਬ ਬਾਦਲ ਦਾ ਘਰ ਬਾਦਲ ਪਰਿਵਾਰ, ਤਾਂ ਬਾਦਲ ਸਾਹਿਬ ਨੂੰ ਪੁੱਛ ਲਿਆ ਵੀ ਬਾਦਲ ਸਾਹਿਬ ਇਹੋ ਜਿਹੀਆਂ ਖਬਰਾਂ ਛਪੀਆਂ ਨੇ ਵੀ ਇਹ ਤੁਸੀਂ ਆਏ ਹੁਕਮ ਦੇ ਕੇ ਇਹ ਮਤਾ ਪਾਸ ਕਰਾਇਆ ਜੀ, ਬਾਦਲ ਸਾਹਿਬ ਦਾ ਜਿਵੇਂ ਜਵਾਬ ਹੁੰਦਾ ਭਾਈ ਮੇਰਾ ਤਾਂ ਕੋਈ ਸ਼੍ਰੋਮਣੀ ਕਮੇਟੀ ਮਤਲਬ ਨਹੀਂ, ਕੋਈ ਦਖਲ ਹੀ ਨਹੀਂ, ਤਾਂ ਸ਼੍ਰੋਮਣੀ ਕਮੇਟੀ ਮਰਜ਼ੀ ਆ 5 ਕਰੇ 50 ਕਰੇ ਮੈਨੂੰ ਕੀ ਪਤਾ। ਤਾਂ ਉਹ ਤੋਂ 4-5 ਦਿਨਾਂ ਬਾਅਦ ਜਗ ਬਾਣੀ 'ਚ ਇਸ਼ਤਿਹਾਰ ਛਪਿਆ ਇੱਕ ਬਦਨੀ ਵਾਲੇ ਬਾਬਾ ਜੀ ਦਾ ਕਿ ਬਾਦਲ ਸਾਹਿਬ ਤੁਹਾਡਾ ਕੋਟ ਕੋਟ ਧੰਨਵਾਦ, ਤੁਸੀਂ ਫਲਾਣੀ ਮੱਸਿਆ ਪੁੰਨਿਆ ਸੰਗਰਾਂਦ 'ਤੇ ਆਏ ਸੀਗੇ ਸਾਡੇ ਕੋਲ ਅਤੇ ਅਸੀਂ ਤੁਹਾਡੇ ਕੋਲ ਮੰਗ ਰੱਖੀ ਸੀ ਅਤੇ ਤੁਸੀਂ ਇਹ ਪੂਰੀ ਕਰਤੀ ਨਾਨਕਸ਼ਾਹੀ ਕੈਲੰਡਰ ਵਾਲੀ, ਤੁਹਾਡਾ ਧੰਨਵਾਦ। ਦੱਸੋ ਜਿਹੜੇ ਧੰਨਵਾਦ ਕਰਨ ਵਾਲੇ ਆ ਉਹ ਤਾਂ ਕਹਿੰਦੇ ਬਾਦਲ ਸਾਹਿਬ ਤੁਸੀਂ ਕਰਾਇਆ, ਬਾਦਲ ਸਾਹਿਬ ਉਹ ਤਾਂ ਹੈ ਹੀ ਹੈ ਜੀ ਸਭ ਆਪਾਂ ਨੂੰ ਪਤਾ ਹੀ ਹੈ ਕਿ ਜੋ ਨਾ ਕੁਛ ਮਤਲਬ ਸਿੱਖ ਪਰੰਪਰਾਵਾਂ ਸਿੱਖ ਸਿਧਾਂਤਾਂ ਸਿੱਖ ਮਰਿਆਦਾ ਦਾ ਕਹਾਣ ਹੋਇਆ ਉਹ ਸਾਰਾ ਬਾਦਲ ਕਿਹਾ ਰਾਹੀਂ ਹੀ, ਅਤੇ ਇਹ ਵੀ ਐਵੇਂ ਹੋਣੇ ਵੀ ਤੁਸੀਂ ਛਤਰ ਦੇ ਲਿਖ ਲਿਓ ਜੀ ਵੀ ਮੌਕੇ 'ਤੇ ਕਿਹਨੇ ਦੇਖਣਾ, ਅਤੇ ਬਾਅਦ 'ਚੋਂ ਤਾਂ ਸੰਗਤਾਂ ਕਹਿਣਗੇ ਵੀ ਆਹ ਦੇਖੋ ਜੀ ਸ਼੍ਰੋਮਣੀ ਕਮੇਟੀ ਦੇ ਜਿੱਥੇ ਛਤਰ ਚੜ੍ਹੇ ਅੱਬਲਾ ਤਾਂ ਉੱਥੇ ਵੀ ਇਹੀ ਮੂਲ ਮੰਤਰ, ਅੱਬਲਾ ਤਾਂ ਜਿਹੜੀ ਛਤਰ ਚੜ੍ਹਾਉਣ ਦੀ ਪਰੰਪਰਾ ਇਹ ਸਿੱਖੀ 'ਚ ਤਾਂ ਹੈ ਹੀ ਨਹੀਂ, ਇਹ ਤਾਂ ਮੰਦਰਾਂ ਦੇ ਪਹਾੜਾਂ 'ਤੇ ਜਾ ਕੇ ਛਤਰ ਚੜਾਉਂਦੇ ਹੁੰਦੇ ਸੀ, ਜਿਉਣਾ ਮੋੜ ਛਤਰ ਚੜ੍ਹਾਉਣ ਚੱਲਿਆ, ਅਤੇ ਇਹ ਤਾਂ ਇਹੋ ਜਿਹੀਆਂ ਗੱਲਾਂ ਸੁਣਦੇ ਸੀ ਆਹ ਗੁਰਦੁਆਰਿਆਂ 'ਚ ਛਤਰ ਚੜ੍ਹਾਉਣਾ
ਇਹ ਤਾਂ ਸੁਣਿਆ ਨੀ, ਐਵੇਂ ਜਿਵੇਂ ਹੁਣ ਗੁਰਜਾਂ ਲੈ ਆਉਂਦੀਆਂ, ਉਹਨੂੰ ਗਦਾ ਕਹਿੰਦੇ, ਹਨੂੰਮਾਨ ਦੀ ਗਦਾ, ਉਹ ਭੇਟ ਕਰਨ ਲੱਗ ਗਏ, ਭੇਟ ਕਰਨ ਲੱਗ ਗਏ, ਮਤਲਬ ਕੰਮ ਤਾਂ ਸਾਰੇ ਪੁੱਠੇ ਰਾਹ ਹੀ ਚੱਲਦੇ ਹਨ, ਕੋਈ ਸ਼ੱਕ ਨਹੀਂ ਹੈ। ਜੋ ਦੇਖਿਆ 550 ਸਾਲਾਂ ਜਿਹੜੇ ਸਮਾਗਮ ਹੋਏ ਨੇ, ਉਹਨਾਂ 'ਚ ਬਹੁਤ ਕੁਛ ਇਹੋ ਜਿਹਾ ਵਾਪਰ ਗਿਆ ਜਿਹਨੇ ਮਤਲਬ ਜਿਹੜੇ ਸਾਡੀਆਂ ਪੁਰਾਣੀਆਂ ਪਰੰਪਰਾਵਾਂ ਮਰਵਾਇਤਾਂ ਸੀ ਉਹਨਾਂ ਦਾ ਕਹਾਣਾ ਜਿਹੜਾ ਉਹ ਕੀਤਾ। ਵਡਿਆਂ ਸਾਹਿਬ ਅਖੀਰ ਦੇ ਵਿੱਚ ਕਿਉਂਕਿ ਘੜੀ ਆ ਜਿਹੜੀ ਉਹ ਸਭਾ ਸਮਾਪਤੀ ਦਾ ਇਸ਼ਾਰਾ ਕਰ ਰਹੀ ਆ, ਪੰਜਾਬ ਸਰਕਾਰ ਵੱਲੋਂ ਇੱਕ ਬੜਾ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ 'ਤੇ, ਕੈਪਟਨ ਅਮਰਿੰਦਰ ਸਿੰਘ ਦੇ ਜ਼ੋਰ ਦੇਣ 'ਤੇ ਜਿਹੜੀ ਗੂਗਲ ਆ ਉਹਨੇ ਜਿਹੜਾ ਆਪਣਾ ਵਾ ਪਲੇ ਸਟੋਰ ਤੋਂ ਜਿਹੜਾ ਮੋਬਾਈਲ ਐਪ ਆ 2020 ਉਹਨੂੰ ਹਟਾ ਦਾ ਹੁਣ, ਕਿਉਂਕਿ ਅੱਗੇ ਉਹਦੇ ਰਾਹੀਂ ਆ ਜਿਹੜੀ ਉਹ ਵੋਟਿੰਗ ਸੀ ਜਿਹੜੀ ਉਹ ਵੈਬਸਾਈਟ ਦੇ ਨਾਲ ਜੁਆਇੰਟ ਹੋਣੀ ਸੀ, ਉਹਦੇ 'ਚ ਉਹ ਸਾਰਾ ਕੁਛ ਹੋਣਾ ਸੀ। ਹੁਣ ਉਹ ਕਿਹਾ ਜਾਂਦਾ ਕਿ ਗੂਗਲ ਨੇ ਆ ਜਿਹੜਾ ਉਹ ਪਲੇ ਸਟੋਰ 'ਚੋਂ ਮੋਬਾਈਲ ਐਪ ਤੋਂ ਜਿਹੜਾ 2020 ਹਟਾ ਤਾ। ਸੋ ਇਹ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਤਾਂ ਜਿਹੜੀ ਦੇਸ਼ ਦੀ ਪਾਰਲੀਮੈਂਟ ਆ ਉਹ ਕਹਿੰਦੀ ਆ ਵੀ ਹਰ ਨਾਗਰਿਕ ਆ ਜਿਹੜਾ ਉਹਨੂੰ ਅਧਿਕਾਰ ਆ ਕਿ ਉਹ ਆਪਦੇ ਲਈ ਵੱਖਰਾ ਦੇਸ਼ ਆ ਜਿਹੜੀ ਉਹ ਸ਼ਾਂਤੀਪੂਰਨ ਢੰਗ ਦੇ ਨਾਲ ਮੰਗ ਕਰ ਸਕਦਾ, ਦੂਜੇ ਪਾਸੇ ਜੇ ਇਹ 2020 ਰੈਫਰੈਂਡਮ ਹੋ ਜਾਂਦਾ ਅਤੇ ਸ਼ਾਂਤਮਈ ਢੰਗ ਨਾਲ ਹੁੰਦਾ ਤਾਂ ਫਿਰ ਕਿਸੇ ਨੂੰ ਉਹਦੇ 'ਚ ਕੀ ਇਤਰਾਜ਼ ਹੋਣਾ ਚਾਹੀਦਾ। ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਇਸ ਮੁਹਿੰਮ ਦੀ ਜਿਹੜਾ ਮਤਲਬ ਸਿੱਖ ਵਿਰੋਧੀ ਮੁਹਿੰਮਾਂ ਜਾਂ ਜਿਹੜੀ ਸਿੱਖ ਆਜ਼ਾਦੀ ਦੀ ਗੱਲ ਕਰਨ ਵਾਲੀ ਕੋਈ ਮੁਹਿੰਮਾਂ ਜਾਂ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਆ, ਉਹਦਾ ਇਹ ਡਟਵਾਂ ਵਿਰੋਧ ਕਿਉਂ ਕਰ ਰਹੇ ਆ? ਦੇਖੋ ਜਿੱਥੋਂ ਤੱਕ ਤਾਂ ਸੰਵਿਧਾਨ ਦੀ ਗੱਲ ਆ ਜੀ, ਉਹ ਤਾਂ ਉਹਨਾਂ ਨੇ ਲੋਈ ਲਾਈ ਹੋਈ ਆ ਜੀ, ਵੀ ਜਿੱਥੇ ਘੱਟ ਗਿਣਤੀਆਂ ਦਾ ਕੋਈ ਮਾਮਲਾ ਆ ਗਿਆ ਉੱਥੇ ਸੰਵਿਧਾਨ ਸੰਵਿਧਾਨ ਦੀ ਕੋਈ ਪਰਵਾਹ ਨਹੀਂ, ਉਹ ਜੋ ਅਸੀਂ ਕਹਾਂਗੇ ਉਹੀ ਸੰਵਿਧਾਨ, ਉਹ ਤਾਂ ਗੱਲ ਮੁੱਕੀ ਹੋਈ ਆ। ਠੀਕ ਹੈ, ਤੇ ਜਿਹੜੀ ਕੈਪਟਨ ਵੱਲੋਂ ਵਿਰੋਧ ਕਰਨ ਦੀ ਗੱਲ ਆ ਜੀ, ਤੇ ਉਹ ਮਤਲਬ ਜਿਵੇਂ ਆਪਾਂ ਸਮਝਦੇ ਹਾਂ ਵੀ ਜਿਵੇਂ ਪਿੱਛੋਂ ਚਾਬੀ ਭਰ ਦਿੰਦੇ ਆ ਜੀ, ਉਵੇਂ ਉਧੜ ਹੀ ਜਾਂਦਾ। ਠੀਕ ਹੈ, ਤੇ ਹੁਣ ਪਤਾ ਨਹੀਂ ਤਾਂ ਹੁਣ ਇਹਦੇ ਪਿੱਛੇ ਆਪਾਂ ਅੱਗੇ ਵੀ ਗੱਲ ਕਰਦੇ ਹਾਂ ਵੀ ਦੋ ਹੀ ਰੀਜ਼ਨ ਹੋ ਸਕਦੇ ਆ ਜੀ, ਇੱਕ ਤਾਂ ਜਿਵੇਂ ਬੀਰ ਦਵਿੰਦਰ ਕਹਿੰਦਾ ਵੀ ਸਿਰਫ ਰੂਸਾ ਆਲਮ ਦੇ ਵੀਜ਼ੇ ਦਾ ਜੀ, ਵੀ ਅਸੀਂ ਉਹਦਾ ਫਿਰ ਵੀਜ਼ਾ ਰੱਦ ਕਰਦੇ ਹਾਂ, ਜਾਂ ਤਾਂ ਇੰਨੇ ਨੇ ਮਿਲਿਆ ਹੋਇਆ ਹੈ। ਠੀਕ ਹੈ, ਤੇ ਜਾਂ ਫਿਰ ਕੋਈ ਗਵਰਨਰੀ ਦਾ ਲਾਲਚ, ਠੀਕ ਹੈ, ਇਹ ਤੋਂ ਘੱਟ ਤਾਂ ਹੋਰ ਨਹੀਂ। ਇਹ ਕਹਿੰਦੇ ਵੀ ਯਾਰ ਤੁਹਾਡੇ ਜਿਹੜੇ ਵਿਸ਼ੇ ਦੇ ਕੰਮ ਆ ਮੈਂ ਕਿਉਂ ਬੋਲਾਂ? ਠੀਕ ਹੈ, ਹਾਂ ਦੇਖੋ ਇਹ ਤਾਂ ਸਰਕਾਰ ਦਾ ਵਿਸ਼ਾ ਵਾ, ਭਾਰਤ ਦੇਸ਼ ਦੀ ਸਰਕਾਰ ਦਾ ਵਿਸ਼ਾ ਵਾ, ਸੂਬੇ ਦੇ ਮੁੱਖ ਮੰਤਰੀ ਦਾ ਵਿਸ਼ਾ ਹੀ ਨਹੀਂ, ਪਰੰਤੂ ਮਤਲਬ ਇਕੱਲਾ ਕੈਪਟਨ ਅਮਰਿੰਦਰ ਸਿੰਘ ਆ ਜਿਹਦੀ ਇਸ ਦੇ ਵਿਰੁੱਧ ਆਵਾਜ਼ ਆ ਜਿਹੜੀ ਉਹ ਸੁਣਾਈ ਦਿੰਦੀ ਆ, ਹੋਰ ਕੋਈ ਵੀ ਨਾ ਭਾਜਪਾ ਦਾ ਮੰਤਰੀ ਨਾ ਭਾਜਪਾ ਦਾ ਸੰਤਰੀ ਆ ਜਿਹੜਾ ਕੋਈ ਇਸ ਦੇ ਵਿਰੁੱਧ ਆ ਜਿਹੜਾ ਉਹ ਨਹੀਂ ਬੋਲ ਰਿਹਾ। ਤਾਂ ਤੁਹਾਨੂੰ ਲੱਗਦਾ ਕਿ ਜਿਹੜਾ ਇਹ 2020 ਰੈਫਰੈਂਡਮ ਦੇ ਵਿਰੁੱਧ ਸਰਕਾਰ ਵੱਲੋਂ ਇਹ ਸਖ਼ਤੀਆਂ ਵਰਤੀਆਂ ਜਾਂਦੀਆਂ ਨੇ ਉਹਦਾ ਜਿਹੜਾ ਪ੍ਰਭਾਵ ਆ ਉਹ ਇਸ ਰੈਫਰੈਂਡਮ ਜਿਹੜਾ ਰੈਫਰੈਂਡਮ ਹੋਣਾ ਵਾ ਪਤਾ ਨਹੀਂ ਕਿਸ ਰੂਪ 'ਚ ਹੋਣਾ, ਹਾਲੇ ਆਪਾਂ ਨੂੰ ਉਹ ਵੀ ਸਾਫ਼ ਨਹੀਂ ਹੈ ਵਿਦੇਸ਼ਾਂ ਦੇ ਵਿੱਚ ਕਿਸ ਰੂਪ 'ਚ ਹੋਣਾ ਕਿਵੇਂ ਹੋਣਾ ਵਾ, ਕਿਉਂਕਿ ਭਾਰਤ 'ਚ ਤਾਂ ਗੂਗਲ 'ਤੇ ਵੀ ਇਹਨਾਂ ਨੇ ਪਾਬੰਦੀ ਲਾਤੀ ਆ, ਅਤੇ ਇਹ ਉਸ ਤੋਂ ਇਲਾਵਾ ਵੋਟਿੰਗ ਆ ਜਿਹੜੀ ਮੈਨੂੰ ਨਹੀਂ ਲੱਗਦਾ ਕਿ ਭਾਰਤ ਦੇ ਵਿੱਚ ਕਿਸੇ ਤਰ੍ਹਾਂ ਦੀ ਵੋਟਿੰਗ ਆ ਜਿਹੜੀ ਉਹ 2020 ਰੈਫਰੈਂਡਮ 'ਤੇ ਸੰਭਵ ਆ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਕਿ ਜੇ ਸਰਕਾਰ ਦੀ ਇਸ ਸਖ਼ਤੀ ਦੇ ਕਾਰਨ ਕੋਈ ਮਤਲਬ ਵੋਟਿੰਗ ਨਹੀਂ ਹੁੰਦੀ, ਉਹਨੂੰ ਆਪਾਂ ਕਿਹੜੀ ਨਜ਼ਰ ਨਾਲ ਦੇਖਾਂ? ਉਹ ਤਾਂ ਹੁਣ ਹੀ ਦੇਣੀ ਇਹਨਾਂ ਨੇ, ਤੁਸੀਂ ਦੇਖੋ ਕੋਈ ਪੋਸਟਰ ਲਾਉਂਦਾ, ਕੋਈ ਝੰਡਾ ਲਾਉਂਦਾ, ਕੋਈ ਬੈਨਰ ਲਾਉਂਦਾ, ਉਹਨੂੰ ਫੜ ਲੈਂਦੇ, ਕੋਈ ਸੰਵਿਧਾਨ ਦੀ ਪਰਵਾਹ ਨਹੀਂ ਕਿਸੇ ਕੋਲ ਹੁੰਦੀ, ਤੇ ਉਹਦੇ ਹਿਸਾਬ ਨਾਲ ਕਿਹੜਾ ਕਰੂਗਾ, ਜਿਹੜਾ ਕਰੂਗਾ ਉਹਨੂੰ ਫੜ ਲੈਣਗੇ, ਤੂੰ ਉਹਦੇ 'ਚ ਕਿਉਂ ਪਾਰਟੀਸਪੇਟ ਕਰਿਆ? ਸੋ ਮਤਲਬ ਇਹ ਹੈ ਕਿ ਜਿਹੜੀ ਮਤਲਬ ਇਹ ਆਜ਼ਾਦੀ ਦੀ ਗੱਲ ਕੀਤੀ ਜਾਂਦੀ ਹੈ ਕਿ ਹਰ ਨਾਗਰਿਕ ਆ ਜਿਹੜਾ ਤੁਸੀਂ ਪਹਿਲਾਂ ਹੀ ਜਿਵੇਂ ਕਹਿ ਤਾ, ਉਹ ਸਿਰਫ ਅਤੇ ਸਿਰਫ ਇੱਕ ਰਸਮੀ ਕਾਰਵਾਈ ਆ,
ਅਸਲ ਵਿੱਚ ਸਰਕਾਰ ਆ ਜਿਹੜੀ ਉਹ ਇਸ ਗੱਲ ਦੇ ਲਈ ਕਿ ਸਿੱਖ ਆ ਜਿਹੜੇ ਉਹ ਆਜ਼ਾਦੀ ਦੀ ਗੱਲ ਨਾ ਤਾਂ ਵੋਟ ਨਾਲ ਕਰ ਸਕਦੇ ਨੇ, ਨਾ ਸ਼ਾਂਤੀਪੂਰਨ ਢੰਗ ਦੇ ਨਾਲ ਕਰ ਸਕਦੇ ਨੇ, ਅਤੇ ਨਾ ਹਥਿਆਰਾਂ ਨਾਲ ਕਰ ਸਕਦੇ ਨੇ, ਫਿਰ ਉਹ ਤਾਂ ਕੋਈ ਸਰਕਾਰ ਵੀ ਨਹੀਂ ਮੰਨਦੀ। ਸੋ ਇਹ ਮਸਲਾ ਜਿਹੜਾ ਇੱਥੇ ਆ ਕੇ ਖੜ੍ਹਾ। ਸੋ ਅੱਜ ਦਾ ਪ੍ਰੋਗਰਾਮ ਆ ਜਿਹੜਾ, ਕਿਉਂਕਿ ਮੈਂ ਹੋਰ ਵੀ ਗੱਲ ਦੱਸਾਂ ਵੀ ਅੱਜ ਦੇ ਪੰਜਾਬੀ ਟ੍ਰਿਬਿਊਨ 'ਚ ਐਡੀਟੋਰੀਅਲ ਲੱਗਿਆ ਜੀ, ਬਿਹਾਰ ਦੇ ਇੱਕ ਜ਼ਿਲ੍ਹੇ 'ਚ ਆਜ਼ਾਦੀ ਦੀ ਗੱਲ ਹੁੰਦੀ ਹੈ ਵੀ ਅਸੀਂ ਤਾਂ ਜੀ ਸਾਡੀਆਂ ਤਾਂ ਪੰਚਾਇਤਾਂ ਸਰਕਾਰ ਨੇ, ਇੰਨੀ ਕੀ ਗੱਲ ਆਜ਼ਾਦੀ ਦੀ ਆ। ਉਹ 1700 ਬੰਦਿਆਂ 'ਤੇ ਇੱਕ ਜ਼ਿਲ੍ਹੇ 'ਚ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰੇ ਇਸੇ ਗੱਲ ਪਿੱਛੇ। ਠੀਕ ਹੈ, ਆਜ਼ਾਦੀ ਦੀ ਗੱਲ ਸੰਵਿਧਾਨ 'ਚ ਹੀ ਆ, ਪ੍ਰੈਕਟੀਕਲੀ ਤਾਂ ਤੁਸੀਂ ਇੰਨਾ ਵੀ ਨਹੀਂ ਕਹਿ ਸਕਦੇ। ਮਤਲਬ ਜੇ ਅਸੀਂ ਇਹਦਾ ਮਤਲਬ ਸੂਬਿਆਂ ਦੇ ਵੱਧ ਅਧਿਕਾਰਾਂ ਵਾਲੀ ਗੱਲ ਵੀ ਬਹੁਤ ਦੂਰ ਚਲੀ ਗਈ, ਬਹੁਤ ਦੂਰ ਚਲੀ। ਜੇ ਪੰਚਾਇਤਾਂ ਜਿਹਨਾਂ ਨੂੰ ਮਤਲਬ ਲੋਕਤੰਤਰ ਦੀ ਮੁੱਢਲੀ ਇਕਾਈ ਕਿਹਾ ਜਾਂਦਾ ਕਿ ਇਹ ਲੋਕਤੰਤਰ ਦੀ ਮੁੱਢਲੀ ਇਕਾਈ ਹੈ, ਜੇ ਉਹ ਆਪਦੀ ਆਜ਼ਾਦੀ ਦੀ ਗੱਲ ਨਹੀਂ ਕਰ ਸਕਦੀਆਂ ਤਾਂ ਫਿਰ ਬਾਕੀ ਤਾਂ ਕਿਸੇ ਹੋਰ ਦੀ ਗੱਲ ਰਹਿ ਹੀ ਕਿੱਥੇ ਗਈ। ਦੇਖੋ ਯੂਨੀਵਰਸਿਟੀ ਦੇ ਮੁੰਡਿਆਂ ਨੇ ਉੱਥੇ ਮੁਜ਼ਾਹਰਾ ਕਰਿਆ, ਪੰਜਾਬ ਯੂਨੀਵਰਸਿਟੀ, ਉਹਨਾਂ ਦੇ ਦੇਸ਼ ਧਰੋਹ ਦਾ ਪਰਚਾ ਜੀ। ਸਿਮਰਨਜੀਤ ਸਿੰਘ ਮਾਨ, ਜਿੱਥੋਂ ਦੇਸ਼ ਧਰੋਹ ਪਰਚਿਆਂ ਦੀ ਸ਼ੁਰੂਆਤ ਹੋਈ ਹੈ, ਸਿਮਰਨਜੀਤ ਸਿੰਘ ਮਾਨ ਨੇ ਜਲੰਧਰ ਦੇ ਵਿੱਚ ਬੇਅੰਤ ਸਿਉਂ ਦੇ ਗੜ੍ਹ 'ਚ ਆਧਾਰ ਪਾਤਾ, ਦੇਖੋ ਉੱਥੇ ਦੇਸ਼ ਧਰੋਹ ਦਾ ਪਰਚਾ ਹੋਇਆ ਜੀ। ਉਹਨਾਂ ਨੇ ਇਹੀ ਪਲੀ ਲਈ ਸੀ ਵੀ ਗਾਂਧੀ ਜਿਹੜਾ ਤੁਹਾਡਾ ਰਾਸ਼ਟਰ ਪਿਤਾ ਜੀ, ਉਹਨੂੰ ਜਿਹਨੇ ਗੋਲੀ ਮਾਰੀ ਉਹ ਤਾਂ ਦੇਸ਼ ਧਰੋਹ ਹੀ ਨਹੀਂ, ਉਹਨੂੰ ਤਾਂ ਬਲੀਦਾਨ ਖਿਤਾਬ ਦੇ ਰਹੇ ਆ। ਉਹ ਤੇ ਤੁਸੀਂ 302 ਦਾ ਪਰਚਾ ਲਾਇਆ ਨਾ ਜੀ, ਤੇ ਜਿਹੜਾ ਜੁੱਤੀਆਂ ਪਾਉਣ ਵਾਲਾ ਉਹ ਪਰਚਾ ਮੇਰੇ ਤੇ ਲਾ ਦਿਓ, ਦੇਸ਼ ਧਰੋਹ ਕਿੱਥੋਂ ਆ ਗਿਆ ਜੀ? ਜਾਣੀ ਉਹ ਛੱਡ ਕੇ ਸਿੱਧਾ ਦੇਸ਼ ਧਰੋਹ ਜੀ, ਵੀ ਚਾਹੇ ਤੁਸੀਂ ਕੋਈ ਜੁੱਤੀਆਂ ਦਾ ਹਾਰ ਪਾਤਾ, ਚਾਹੇ ਕੋਈ ਨਾਰਾ ਮਾਰਤਾ, ਚਾਹੇ ਕੋਈ ਮੰਗ ਰੱਖਦੀ, ਚਾਹੇ ਕੁਛ ਲਿਖਤਾ ਜਾਂ ਬੋਲਤਾ, ਸਿੱਧਾ ਦੇਸ਼ ਧਰੋਹ ਆ ਜਿਹੜਾ ਸਾਨੂੰ ਪਸੰਦ ਨਹੀਂ। ਠੀਕ ਹੈ। ਸੋ ਮੰਡਿਆਣੀ ਸਾਹਿਬ, ਅੱਜ ਦੇ ਪ੍ਰੋਗਰਾਮ ਦੇ ਵਿੱਚ ਬੜਾ ਗੰਭੀਰ ਮੁੱਦਾ ਅਖੀਰ ਦੇ ਵਿੱਚ ਸਾਡੇ ਸਾਹਮਣੇ ਆ ਜਿਹੜਾ ਉਹ ਆਇਆ, ਸਾਡੇ ਦਰਸ਼ਕ ਨੇ ਜਿਹੜੇ, ਅਸੀਂ ਜ਼ਰੂਰ ਚਾਹਾਂਗੇ ਕਿ ਉਹ ਇਸ ਸੰਬੰਧੀ ਆਪਣੀ ਜਿਹੜੀ ਰਾਏ ਆ, ਜਿਹੜੇ ਆਪਣੇ ਵਿਚਾਰ ਨੇ, ਉਹ ਜ਼ਰੂਰ ਸਾਡੇ ਨਾਲ ਸਾਂਝੇ ਕਰਿਆ ਕਰਨ। ਅਸੀਂ ਤੁਹਾਡੇ ਸੁਝਾਵਾਂ ਦਾ, ਤੁਹਾਡੇ ਵਿਚਾਰਾਂ ਦਾ ਹਮੇਸ਼ਾ ਸਵਾਗਤ ਕਰਾਂਗੇ, ਅਤੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਅਨੁਸਾਰ ਆਪਣੇ ਪ੍ਰੋਗਰਾਮ ਦੇ ਵਿੱਚ ਜਿਹੜਾ ਹੋਰ ਸੁਧਾਰ ਆ ਉਹਨੂੰ ਲਿਆ ਸਕੀਏ। ਸੋ ਅੱਜ ਦੇ ਪ੍ਰੋਗਰਾਮ ਦੀ ਅਸੀਂ ਇੱਥੇ ਹੀ ਸਮਾਪਤੀ ਕਰਾਂਗੇ। ਮੜਿਆਣੀ ਸਾਹਿਬ, ਤੁਸੀਂ ਬੜੇ ਕੀਮਤੀ ਵਿਚਾਰ ਆ ਜਿਹੜੇ ਉਹ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਕੱਲ੍ਹ ਫਿਰ ਕੋਈ ਨਵਾਂ ਮੁੱਦਾ ਲੈ ਕੇ ਆਪਣੇ ਦਰਸ਼ਕਾਂ ਦੇ ਰੂਬਰੂ ਹੋਵਾਂਗੇ। ਆਓ, ਉਦੋਂ ਤੱਕ ਲਈ ਲਈਏ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।